ਹਾਲੇਲੂਇਆ ਖੁਦਾਵੰਦ ਯਿਸੂ ਮਸੀਹ ਨਾਸਰੀ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਪਹੁੰਚੇ। ਖੁਦਾਵੰਦ ਦਾ ਬਹੁਤ ਧੰਨਵਾਦ ਆ ਪ੍ਰਭੂ ਦੀ ਦਇਆ ਦੇ ਵਸੀਲੇ ਦੇ ਨਾਲ, ਖੁਦਾਵੰਦ ਦੇ ਪਿਆਰ ਦੇ ਵਸੀਲੇ ਦੇ ਨਾਲ ਅੱਜ ਤੁਹਾਡੇ ਨਾਲ ਕੁਝ ਬਚਨ ਦੀਆਂ ਗੱਲਾਂ ਸਾਂਝਾ ਕਰਨ ਲੱਗੇ ਹਾਂ ਜੀ। ਇਹ ਖੁਦਾਵੰਦ ਦਾ ਪਵਿੱਤਰ ਆਤਮਾ ਤੁਹਾਡੀ ਸਾਰਿਆਂ ਦੀ ਸਮਝਣ ਦੇ ਵਿੱਚ ਔਰ ਖੁਦਾ ਦੇ ਦਾਸ ਦੀ ਬੋਲਣ ਦੇ ਵਿੱਚ ਬੜੀ ਮਦਦ ਕਰੇ। ਅਸੀਂ ਇਹੋ ਹੀ ਖੁਦਾ ਦੇ ਅੱਗੇ ਬੇਨਤੀ ਕਰਦੇ ਹਾਂ। ਔਰ ਤੁਸੀਂ ਸਭ ਜਾਣਦੇ ਆ ਜੋ ਸਿਚੁਏਸ਼ਨ ਬਾਹਰ ਚੱਲ ਰਹੀ ਆ ਕੋਰੋਨਾ ਵਾਇਰਸ ਨੂੰ ਲੈ ਕੇ, ਜਿਸ ਦੌਰਾਨ ਸਰਕਾਰ ਦੀਆਂ ਹਦਾਇਤਾਂ ਨੂੰ ਬਾਈਬਲ ਸਾਨੂੰ ਮੰਨਣ ਦੇ ਲਈ ਕਹਿੰਦਾ ਆ, ਔਰ ਉਸੇ ਤਰੀਕੇ ਦੇ ਨਾਲ ਅਸੀਂ ਉਸ ਹਦਾਇਤਾਂ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਅਪਲਾਈ ਕਰ ਰਹੇ ਹਾਂ। ਪ੍ਰੇਅਰ ਮੀਟਿੰਗਸ ਔਰ ਧਾਰਮਿਕ ਸਥਾਨ 'ਤੇ ਇਕੱਠ ਕਰਨ ਤੋਂ ਮਨਾ ਕੀਤਾ ਆ ਸਰਕਾਰ ਨੇ, ਔਰ ਸਰਕਾਰ ਦੀ ਅਸੀਂ ਰਿਸਪੈਕਟ ਕਰਦੇ ਹੋਏ ਉਹਨਾਂ ਦੇ ਹੁਕਮਾਂ ਨੂੰ ਅਸੀਂ ਮੰਨ ਰਹੇ ਹਾਂ, ਕਿਉਂਕਿ ਜੇ ਅਸੀਂ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਹਾਂ ਤਾਂ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਵੀ ਮੰਨ ਸਕਦੇ ਹਾਂ, ਕਿਉਂਕਿ ਬਾਈਬਲ ਕਹਿੰਦਾ ਸਾਨੂੰ ਆਪਣੇ ਜਿਹੜੇ ਅਹੁਦੇਦਾਰ ਆ ਸਾਡੇ ਉਹਨਾਂ ਦੀ ਅਧੀਨਗੀ ਦੇ ਵਿੱਚ ਰਹਿਣ ਦੇ ਲਈ। ਔਰ ਇਸੇ ਲਈ ਅਸੀਂ ਲਾਈਵ ਪ੍ਰਚਾਰ ਕਰਨ ਜਾ ਰਹੇ ਹਾਂ ਤਾਂ ਜੋ ਜਿਹੜੇ ਖੁਦਾਵੰਦ ਦੇ ਲੋਕ ਪਿਆਸ ਰੱਖਦੇ ਆ ਬਚਨ ਦੀ, ਉਹਨਾਂ ਦੀ ਪਿਆਸ ਬੁਝਾਈ ਜਾਵੇ। ਔਰ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਤੁਸੀਂ ਆਪਣੇ ਬਹੁਤ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਸ ਬਚਨ ਨੂੰ ਸੁਣਨ ਜਾ ਰਹੇ ਹਾਂ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸਰਕਾਰ ਸਾਨੂੰ ਹਦਾਇਤਾਂ ਦੇ ਰਹੀ ਆ ਤੁਹਾਡੀ ਮੇਰੀ ਭਲਾਈ ਦੇ ਰਹੀ ਆ, ਆਪਣੀ ਕੇਅਰ ਕਰਨਾ ਬਹੁਤ ਜ਼ਰੂਰੀ ਆ। ਅਗਰ ਅਸੀਂ ਬਿਨਾਂ ਕੇਅਰ ਕੀਤੇ ਬਾਹਰ ਜਾਵਾਂਗੇ ਜਾਂ ਕੁਛ ਸਾਨੂੰ ਹੋ ਜਾਂਦਾ ਆ, ਉਹਦੇ ਉੱਪਰ ਖੁਦਾ ਦੀ ਕੋਈ ਜ਼ਿੰਮੇਵਾਰੀ ਨਹੀਂ ਆ। ਖੁਦਾ ਨੇ ਸਾਨੂੰ ਕੇਅਰ ਕਰਨ ਦੇ ਲਈ ਕਿਹਾ ਆ, ਖੁਦਾ ਨੇ ਸਾਨੂੰ ਇਹ ਮੰਦਰ ਦਿੱਤਾ, ਇਹ ਸਰੀਰ ਦਿੱਤਾ ਆ। ਹੁਣ ਜੇ ਠੰਡ ਦੇ ਵਿੱਚ ਅਸੀਂ ਗਰਮ ਕੱਪੜੇ ਨਹੀਂ ਪਾਵਾਂਗੇ ਤਾਂ ਸਾਨੂੰ ਫੀਵਰ ਹੋ ਜਾਏਗਾ, ਠੰਡ ਲੱਗ ਜਾਏਗੀ, ਜ਼ੁਕਾਮ ਹੋ ਜਾਏਗਾ ਔਰ ਬੁਖਾਰ ਚੜ ਜਾਏਗਾ, ਤਾਂ ਫਿਰ ਅਸੀਂ ਖੁਦਾ ਨੂੰ ਕਲੇਮ ਨਹੀਂ ਕਰ ਸਕਦੇ ਕਿਉਂਕਿ ਅਸੀਂ ਖੁਦ ਨਹੀਂ ਇਹਦੀ ਕੇਅਰ ਕੀਤੀ ਆ। ਕਿਉਂਕਿ ਸਾਨੂੰ ਸਰਦੀ ਦੇ ਵਿੱਚ ਗਰਮ ਰਹਿਣ ਦੇ ਲਈ ਸਾਨੂੰ ਗਰਮ ਕੱਪੜੇ ਪਾਉਣ ਦੀ ਜ਼ਰੂਰਤ ਆ। ਹੁਣ ਇਸੇ ਤਰੀਕੇ ਦੇ ਨਾਲ ਅਗਰ ਸਰਕਾਰ ਨੇ ਸਾਨੂੰ ਕੁਝ ਹਦਾਇਤਾਂ ਦਿੱਤੀਆਂ ਆ, ਮੈਡੀਕਲ ਐਸੋਸੀਏਸ਼ਨ ਨੇ ਕੁਝ ਹਦਾਇਤਾਂ ਦਿੱਤੀਆਂ ਆ, ਔਰ ਵਾਰ ਵਾਰ ਹੈਂਡ ਵਾਸ਼ ਕਰਨਾ ਔਰ ਮਿਲਣਾ ਨਹੀਂ ਆ, ਇਕੱਠ ਨਹੀਂ ਰੱਖਣਾ ਆ, ਬਹੁਤ ਅੱਛੀ ਗੱਲ ਆ, ਸਾਨੂੰ ਇਹਨਾਂ ਗੱਲਾਂ ਨੂੰ ਮੰਨਣਾ ਚਾਹੀਦਾ ਆ ਤੁਹਾਡੀ ਮੇਰੀ ਸੇਫਟੀ ਦੇ ਲਈ ਆ। ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਦੇ ਹਾਂ, ਮੰਨ ਰਹੇ ਹਾਂ ਔਰ ਉਸ ਦੌਰਾਨ ਸਾਨੂੰ ਕੁਛ ਹੋ ਜਾਂਦਾ ਤਾਂ ਫਿਰ ਅਸੀਂ ਖੁਦਾ ਨੂੰ ਕਹਿ ਸਕਦੇ ਹਾਂ, ਕਿਉਂਕਿ ਅਸੀਂ ਖੁਦ ਪਹਿਲਾਂ ਤਰੱਦਦ ਕੀਤੀ ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ। ਅਗਰ ਅਸੀਂ ਪਹਿਲਾਂ ਹੀ ਤਰੱਦਦ ਨਹੀਂ ਕਰਾਂਗੇ, ਕੁਛ ਕੇਅਰ ਨਹੀਂ ਕਰਾਂਗੇ ਆਪਣੀ, ਤਾਂ ਇਨ ਕੇਸ ਸਾਨੂੰ ਕੁਛ ਹੋ ਜਾਂਦਾ ਤਾਂ ਅਸੀਂ ਖੁਦਾ ਨੂੰ ਕਹਿ ਨਹੀਂ ਸਕਦੇ, ਜੇ ਕਹਾਂਗੇ ਤਾਂ ਸੁਣਵਾਈ ਨਹੀਂ ਹੋਣੀ ਆ ਕਿਉਂਕਿ ਅਸੀਂ ਖੁਦ ਕੇਅਰ ਨਹੀਂ ਕੀਤੀ ਹੈ ਇਹਦੀ। ਔਰ ਇਸੇ ਤਰੀਕੇ ਦੇ ਨਾਲ ਅੱਜ ਜੋ ਸਿਚੁਏਸ਼ਨ ਬਾਹਰ ਹੋਈ ਆ, ਜੋ ਬਣ ਰਹੀ ਆ, ਔਰ ਉਸ ਤੋਂ ਬਚਣ ਦੇ ਲਈ ਸਾਨੂੰ ਜਿਹੜੀਆਂ ਪ੍ਰੀਕੋਸ਼ਨਸ ਆ ਜਿਹੜੀਆਂ ਦਿੱਤੀਆਂ ਆ ਸਰਕਾਰ ਨੇ ਜਾਂ ਮੈਡੀਕਲ ਐਸੋਸੀਏਸ਼ਨ ਨੇ, ਉਹ ਸਾਨੂੰ ਮੰਨਣੀਆਂ ਚਾਹੀਦੀਆਂ ਆ, ਪੂਰੀਆਂ ਕਰਨੀਆਂ ਚਾਹੀਦੀਆਂ ਔਰ ਡਰਨ ਦੀ ਜ਼ਰੂਰਤ ਨਹੀਂ। ਜਿਹੜਾ ਬੰਦਾ ਵਿਸ਼ਵਾਸ ਦੇ ਵਿੱਚ ਮਜ਼ਬੂਤ ਆ, ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਆ, ਉਹਨੂੰ ਤਾਂ ਬਿਲਕੁਲ ਡਰਨ ਦੀ ਜ਼ਰੂਰਤ ਨਹੀਂ ਆ। ਉਹ ਖੁਦਾ ਦੀ ਹਜ਼ੂਰੀ ਦੇ ਵਿੱਚ ਮਗਨ ਰਵੇ, ਪ੍ਰਾਰਥਨਾ 'ਚ ਬਣਿਆ ਰਵੇ ਔਰ ਬਾਈਬਲ ਪੜ੍ਹਨ ਦੇ ਵਿੱਚ ਬਣਿਆ ਰਵੇ, ਕਿਉਂਕਿ ਬਾਈਬਲ ਵਿਸ਼ਵਾਸੀ ਬੰਦੇ ਦੇ ਲਈ ਜਿਹੜਾ ਬਾਈਬਲ ਦੇ ਨਾਲ ਸਮੇਂ ਬਿਤਾ ਰਿਹਾ ਆ, ਉਸ ਬੰਦੇ ਨੂੰ ਬਾਈਬਲ ਕਹਿੰਦਾ ਆ ਪਹਿਲਾਂ ਹੀ ਦੱਸ ਦਿੱਤਾ ਆ। ਪਾਸਟਰਸ ਲੋਕਾਂ ਨੇ ਭਵਿੱਖਬਾਣੀਆਂ ਕੀਤੀਆਂ, ਪ੍ਰੋਫਸੀਆਂ ਕੀਤੀਆਂ ਹੋਈਆਂ ਇਸ ਸਮੇਂ ਦੇ ਲਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਾਸਟਰਸ ਦੇ ਭਵਿੱਖਬਾਣੀ ਕਰਨ ਤੋਂ ਪਹਿਲਾਂ ਬਾਈਬਲ ਨੇ ਸਾਨੂੰ ਦੱਸਿਆ ਹੋਇਆ ਆ, ਬਾਈਬਲ ਨੇ ਪਹਿਲਾਂ ਭਵਿੱਖਬਾਣੀ ਕੀਤੀ ਹੋਈ ਆ, ਬਾਈਬਲ ਨੇ ਪਹਿਲਾਂ ਹੀ ਪ੍ਰੋਫਸੀ ਕੀਤੀ ਹੋਈ ਆ ਕਿ ਇਹ ਦਿਨ ਇਨਸਾਨ ਨੂੰ ਦੇਖਣ ਨੂੰ ਮਿਲਣਗੇ ਜਦੋਂ ਯਿਸੂ ਮਸੀਹ ਦਾ ਆਗਮਨ ਹੋਣਾ ਆ, ਜਦੋਂ ਯਿਸੂ ਮਸੀਹ ਨੇ ਬੱਦਲਾਂ ਦੇ ਉੱਤੇ ਆਉਣਾ ਆ, ਤੇ ਇਹ ਗੱਲਾਂ ਸਾਨੂੰ ਦੇਖਣ ਨੂੰ ਮਿਲਣੀਆਂ ਆ। ਔਰ ਬਾਈਬਲ ਦੀ ਪ੍ਰੋਫਸੀ ਜਿਹੜੀ ਆ ਉਹ ਪੂਰੀ ਹੋ ਰਹੀ ਹੈ। ਅੱਜ ਜੋ ਸਿਚੁਏਸ਼ਨ ਦੇਖਦੇ ਹਾਂ ਕੋਰੋਨਾ ਵਾਇਰਸ ਨੂੰ ਲੈ ਕੇ, ਤੁਸੀਂ ਇਹ ਸਿਚੁਏਸ਼ਨ ਹੈਰਾਨ ਕਰਨ ਵਾਲੀ ਆ, ਪੈਰਾਂ ਥੱਲੋਂ ਜ਼ਮੀਨ ਨੂੰ ਕੱਢਣ ਵਾਲੀ ਆ, ਲੇਕਿਨ ਬਾਈਬਲ ਕਹਿੰਦਾ ਇਹ ਚੀਜ਼ਾਂ ਹੋਣੀਆਂ ਆ ਔਰ ਇੱਦਾਂ ਹੋ ਗਈਆਂ ਤਾਂ ਹੀ ਯਿਸੂ ਮਸੀਹ ਦਾ ਆਉਣਾ ਹੋਏਗਾ। ਔਰ ਇਹ ਗੱਲਾਂ ਦਾ ਅਸੀਂ ਧਿਆਨ ਰੱਖਣਾ, ਆਪਣਾ ਖਿਆਲ ਰੱਖਣਾ ਹੈ, ਕੇਅਰ ਕਰਨੀ ਹੈ, ਜੋ ਮੈਡੀਕਲ ਐਸੋਸੀਏਸ਼ਨ ਸਾਨੂੰ ਕਹਿ ਰਿਹਾ ਹੈ ਉਹਨੂੰ ਪੂਰਾ ਕਰਨਾ ਪੈਣਾ ਹੈ, ਵਾਰ ਵਾਰ ਹੈਂਡ ਵਾਸ਼ ਕਰਨੇ, ਆਪਣੇ ਆਪ ਨੂੰ ਕਲੀਨ ਰੱਖਣਾ ਆ, ਔਰ ਜ਼ਿਆਦਾ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ ਨਹੀਂ ਜਾਣਾ, ਔਰ ਜ਼ਿਆਦਾ ਨਿਊਜ਼ ਸੁਣਨ ਦੀ ਜ਼ਰੂਰਤ ਨਹੀਂ ਆ, ਕਿਉਂਕਿ ਉਹਦੇ ਨਾਲ ਫਿਰ ਬੰਦੇ ਦੀ ਜ਼ਿੰਦਗੀ 'ਚ ਡਰ ਪੈਦਾ ਹੋ ਜਾਂਦਾ ਆ। ਬਾਈਬਲ ਪੜ੍ਹੋ, ਪ੍ਰਾਰਥਨਾ ਕਰੋ, ਜੋ ਨਿਊਜ਼ ਵਾਲੇ ਦੱਸ ਰਹੇ ਆ ਬਾਈਬਲ ਸਾਨੂੰ ਆਲਰੇਡੀ ਦੱਸ ਚੁੱਕਾ ਆ, ਅਤੇ ਇਸ ਕਰਕੇ ਜਿਹੜਾ ਬੰਦਾ ਬਾਈਬਲ 'ਤੇ ਵਿਸ਼ਵਾਸ ਕਰਦਾ ਉਹ ਡਰਨ ਦੀ ਜ਼ਰੂਰਤ ਨਹੀਂ ਆ, ਔਰ ਜਿਹੜਾ ਡਰ ਰਿਹਾ ਆ ਇਹਦਾ ਮਤਲਬ ਉਹਦਾ ਬਾਈਬਲ 'ਤੇ ਵਿਸ਼ਵਾਸ ਨਹੀਂ ਆ, ਯਿਸੂ ਮਸੀਹ 'ਤੇ ਵਿਸ਼ਵਾਸ ਨਹੀਂ ਆ, ਇਸ ਲਈ ਉਹ ਡਰਿਆ ਪਿਆ, ਕਿਉਂਕਿ ਜਿਹੜਾ ਵਿਸ਼ਵਾਸ ਮਜ਼ਬੂਤ ਆ ਉਹਨੂੰ ਪਤਾ ਆ ਕਿ ਮੈਂ ਯਿਸੂ ਮਸੀਹ ਦੇ ਕੋਲ ਜਾਣਾ ਆ ਇੱਕ ਦਿਨ। ਹਾਲੇਲੂਇਆ, ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਲਾਮ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਖੁਦਾ ਬੰਦਾ ਪਵਿੱਤਰ ਆਤਮਾ ਸਹਾਇਤਾ ਕਰੇ, ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ।
ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਮੁਬਾਰਕ ਸਮੇਂ ਦੇ ਲਈ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਖਸ਼ਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਔਰ ਜੋ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ ਸੁਣ ਰਹੇ ਹਾਂ ਖੁਦਾਵੰਦ ਜੀ ਸਮਝ ਰਹੇ ਹਾਂ ਮੇਰੇ ਪ੍ਰਭੂ ਜੀ ਔਰ ਬਾਈਬਲ ਨੇ ਸਾਨੂੰ ਪਹਿਲਾਂ ਹੀ ਪ੍ਰੋਫੈਸੀ ਕਰ ਦਿੱਤੀ ਆ ਖੁਦਾਵੰਦ ਉਹ ਪੂਰੀ ਹੋਈ ਆ ਖੁਦਾਵੰਦ ਜੀ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਬੱਚਿਆਂ ਦੀ ਕੇਅਰ ਕਰੋ ਖੁਦਾਵੰਦ ਜੀ ਔਰ ਸਾਨੂੰ ਖੁਦ ਨੂੰ ਵੀ ਕੇਅਰ ਕਰਨਾ ਸਿਖਾਓ ਮੇਰੇ ਪ੍ਰਭੂ ਜੀ ਤਾਂ ਜੋ ਅਸੀਂ ਤੁਹਾਡੇ ਮੰਦਰ ਨੂੰ ਸੰਭਾਲ ਸਕੀਏ ਜਿਹਦੇ ਅੰਦਰ ਤੁਹਾਡੀ ਆਰਾਧਨਾ ਹੋਣੀ ਆ ਜਿਹਦੇ ਅੰਦਰ ਤੁਹਾਡੀ ਪ੍ਰਾਰਥਨਾ ਹੋਣੀ ਆ ਖੁਦਾਵੰਦ ਜੀ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡਾ ਵਾਕਰੂ ਸਾਡੇ ਸਾਰਿਆਂ ਦੀ ਮਦਦ ਕਰੇ ਸਾਡਾ ਗਾਈਡਲਾਈਨ ਬਣ ਜਾਵੇ ਮੇਰੇ ਪ੍ਰਭੂ ਜੀ ਔਰ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਹੁਣ ਤੁਹਾਡਾ ਵਾਕਰੂ ਖੁਦਾਵੰਦ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ ਮੇਰੇ ਪ੍ਰਭੂ ਜੀ ਜੋ ਵਚਨ ਤੁਹਾਡੇ ਲੋਕ ਸੁਣਨ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ ਤੁਹਾਡਾ ਪਵਿੱਤਰ ਆਤਮਾ ਵਚਨ ਦਾ ਤਰਜਮਾ ਕਰਨ ਦੇ ਵਿੱਚ ਬੜੀ ਮਦਦ ਔਰ ਸਹਾਇਤਾ ਕਰੇ ਸ਼ੁਕਰ ਕਰਦੇ ਸਾਰੀ ਗੱਲਾਂ ਬਾਤਾਂ ਦੇ ਲਈ ਤੁਹਾਡਾ ਵਾਕਰੂ ਹੁਣ ਪੂਰਾ ਅਧਿਕਾਰ ਲੈ ਲਵੇ ਮੇਰੇ ਪ੍ਰਭੂ ਸ਼ੁਕਰ ਕਰਦੇ ਹਾਂ ਖੁਦਾਵੰਦ ਪ੍ਰਾਰਥਨਾ ਨੂੰ ਸੁਣਨ ਦੇ ਲਈ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਜ਼ਿੰਦਾ ਨਾਮ 'ਚ ਹੋ ਕੇ ਮੰਗਦੇ ਹਾਂ ਆਮੀਨ God bless ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ ਮੈਂ ਬਾਈਬਲ ਦੇ ਵਿੱਚ ਕੁਝ ਵਰਸਿਸ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਲਾਮ ਦੀਆਂ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਤੁਸੀਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਔਰ ਬਾਈਬਲ ਦੇ ਵਿੱਚ ਕੁਝ ਫਲਾਂ ਦਾ ਜ਼ਿਕਰ ਆਉਂਦਾ ਹੈ ਮੈਂ ਕੁਝ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਬਾਈਬਲ ਦੇ ਵਿੱਚ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਪਵਿੱਤਰ ਸ਼ਬਦ ਆ ਕਹਿੰਦੇ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਹੀ ਆ ਕਿ ਤੁਸੀਂ ਬਹੁਤਾ ਫਲ ਦਿਓ ਯਿਸੂ ਮਸੀਹ ਨੂੰ ਫਲ ਦੇ ਨਾਲ ਮਤਲਬ ਆ ਪੱਤਿਆਂ ਦੇ ਨਾਲ ਨਹੀਂ ਪੇੜ ਦੇ ਨਾਲ ਨਹੀਂ ਆ ਵੀ ਕੀ ਪੇੜ ਕਿੰਨਾ ਕੁ ਮਜ਼ਬੂਤ ਆ ਉਹਨੂੰ ਪੱਤੇ ਕਿੰਨੇ ਕੁ ਲੱਗੇ ਪਏ ਆ ਯਿਸੂ ਮਸੀਹ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਇਹ ਮੈਂ ਗੱਲ ਤੁਹਾਡੇ ਲਈ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਤੁਹਾਨੂੰ ਲੱਗੇ ਕਿ ਤੁਸੀਂ ਬਹੁਤ ਦੁਆਵਾਂ ਕਰ ਰਹੇ ਹਾਂ ਔਰ ਤੁਹਾਡੇ ਅੰਦਰ ਅਗਰ ਪਵਿੱਤਰ ਆਤਮਾ ਦੇ ਫਲ ਯਿਸੂ ਮਸੀਹ ਨੂੰ ਨਜ਼ਰ ਨਹੀਂ ਆ ਰਹੇ ਆ ਤੇ ਤੁਹਾਡੀਆਂ ਉਹ ਦੁਆਵਾਂ ਕਰਨ ਦਾ ਕੋਈ ਰਿਜ਼ਲਟ ਨਹੀਂ ਤੁਹਾਨੂੰ ਮਿਲੇਗਾ ਅਗਰ ਤੁਸੀਂ ਫਾਸਟਿੰਗ ਰੱਖ ਰਹੇ ਆ ਔਰ ਤੁਹਾਡੇ ਅੰਦਰ ਸਹਿਨਸ਼ੀਲਤਾ ਨਹੀਂ ਆ ਲੜਾਈ ਝਗੜੇ ਦੇ ਉੱਪਰ ਤੁਸੀਂ ਕੰਟਰੋਲ ਨਹੀਂ ਕਰਦੇ ਜਿਹੜਾ ਧਰਮੀ ਬੰਦਾ ਝਗੜੇ ਨੂੰ ਦਬਾ ਲੈਂਦਾ ਆ ਖਤਮ ਕਰ ਦਿੰਦਾ ਆ ਧਰਮੀ ਬੰਦਾ ਝਗੜੇ ਨੂੰ ਪੈਦਾ ਨਹੀਂ ਕਰਦਾ ਔਰ ਉਹਦੇ ਵਿੱਚ ਵਾਧਾ ਨਹੀਂ ਕਰਦਾ ਆ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਔਰ ਯਿਸੂ ਮਸੀਹ ਨੂੰ ਫਲਾਂ ਦੇ ਨਾਲ ਮਤਲਬ ਇਹ ਮੈਂ ਪਹਿਲਾਂ ਦੱਸ ਦਵਾਂ ਤੁਹਾਡੀਆਂ ਬਹੁਤੀਆਂ ਪ੍ਰਾਰਥਨਾਵਾਂ ਤੁਹਾਨੂੰ ਸਵਰਗ 'ਚ ਨਹੀਂ ਲੈ ਕੇ ਜਾ ਸਕਦੀਆਂ ਜਦ ਤੱਕ ਫਲ ਯਿਸੂ ਮਸੀਹ ਨੂੰ ਨਜ਼ਰ ਨਹੀਂ ਆਣਗੇ ਕਿਉਂਕਿ ਯਿਸੂ ਮਸੀਹ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਬਖਸ਼ਿਆ ਆ ਉਸ ਤੋਂ ਬਾਅਦ ਜ਼ਿੰਮੇਵਾਰੀ ਸਾਡੀ ਆ ਕਿ ਅਸੀਂ ਆਪਣੇ ਅੰਦਰੋਂ ਬਾਕਰੂ ਦੇ ਫਲਾਂ ਨੂੰ ਦਿਖਾਈਏ ਯਿਸੂ ਮਸੀਹ ਨੂੰ ਕਿ ਪ੍ਰਭੂ ਆ ਦੇਖੋ ਕਿਉਂਕਿ ਜਿਹੜੇ ਪੇੜ ਆ ਪੇੜਾਂ ਦੇ ਉੱਪਰ ਮੈਂ ਪਹਿਲਾਂ ਵੀ ਦੱਸ ਚੁੱਕਾ ਤੁਹਾਨੂੰ ਹੁਣ ਵੀ ਦੱਸਦਾ ਆ ਕਿਉਂਕਿ ਵਚਨ ਦਾ ਟੌਪਿਕ ਇਸ ਰੀਤੀ ਦੇ ਨਾਲ ਆ ਜਿਹੜੇ ਪੇੜ ਆ ਪੇੜਾਂ ਦੇ ਉੱਪਰ ਅਸੀਂ ਫਲ ਲਗਾਉਂਦੇ ਨਹੀਂ ਆ ਉਹਦੇ ਅੰਦਰੋਂ ਨਿਕਲਦੇ ਆ ਪੇੜਾਂ ਦੇ ਉੱਪਰ ਅਗਰ ਅਮਰੂਦ ਦਾ ਲਗਾ ਲਓ ਅਗਰ ਤੁਸੀਂ ਮੈਂਗੋ ਦਾ ਲਗਾ ਲਓ ਔਰੇਂਜ ਦਾ ਲਗਾ ਲਓ ਉਹ ਸਿਰਫ ਇੱਕ ਪੇੜ ਲੱਗਦਾ ਆ ਵੱਧਦਾ ਆ ਵੱਡਾ ਹੁੰਦਾ ਆ ਔਰ ਉਹਦੇ ਅੰਦਰੋਂ ਫਲ ਨਿਕਲਦੇ ਆ ਇਸੇ ਰੀਤੀ ਦੇ ਨਾਲ ਇਨਸਾਨ ਆ ਇਨਸਾਨ ਦੇ ਅੰਦਰੋਂ ਪਵਿੱਤਰ ਆਤਮਾ ਦੇ ਫਲ ਨਿਕਲਦੇ ਆ ਜਿਸ ਤਰ੍ਹਾਂ ਮਸੀਹ ਨੂੰ ਜਾਣਨ ਤੋਂ ਪਹਿਲਾਂ ਬਾਈਬਲ ਨੂੰ ਅੰਦਰ ਲੈਣ ਤੋਂ ਪਹਿਲਾਂ ਜੋ ਬੁਰੀਆਂ ਆਦਤਾਂ ਮਨੁੱਖ ਦੇ ਅੰਦਰੋਂ ਹੀ ਨਿਕਲਦੀਆਂ ਯਿਸੂ ਮਸੀਹ ਕਹਿੰਦੇ ਆ ਜੋ ਕੁਛ ਮਨੁੱਖ ਦੇ ਅੰਦਰੋਂ ਨਿਕਲਦਾ ਉਹੀ ਉਹਨੂੰ ਭ੍ਰਿਸ਼ਟ ਕਰਦਾ ਹੈ ਔਰ ਜਿਹੜਾ ਅੰਦਰੋਂ ਸਾਡੇ ਅਗਰ ਆਤਮਕ ਫਲ ਨਿਕਲਣਗੇ ਉਹੀ ਸਾਨੂੰ ਧਰਮੀ ਬਣਾਉਣਗੇ ਮੈਂ ਬਾਈਬਲ 'ਚੋਂ ਤੁਹਾਨੂੰ ਕੁਛ ਜ਼ਿਕਰ ਕਰਨਾ ਚਾਹੁੰਦਾ ਹਾਂ ਤੁਹਾਡੇ ਨਜ਼ਰ ਦਿਲਵਾਉਣੀ ਚਾਹੁੰਦਾ ਹਾਂ ਕਿ ਯਿਸੂ ਮਸੀਹ ਨੂੰ ਫਲਾਂ ਦੇ ਨਾਲ ਮਤਲਬ ਆ ਪੱਤਿਆਂ ਦੇ ਨਾਲ ਨਹੀਂ ਨਾ ਕਿ ਤਣੇ ਦੇ ਨਾਲ ਨਾ ਕਿ ਜੜ੍ਹਾਂ ਕਿੰਨੀ ਕੁ ਗਹਿਰਾਈ ਦੇ ਵਿੱਚ ਆ ਨਾ ਕਿ ਜੜ੍ਹਾਂ ਕਿੰਨੀਆਂ ਕੁ ਮਜ਼ਬੂਤ ਆ ਵੀ ਹਨੇਰੀ ਆ ਰਹੀ ਆ ਪੇੜ ਹਿਲ ਜੁਲ ਨਹੀਂ ਰਿਹਾ ਆ ਯਿਸੂ ਮਸੀਹ ਨੂੰ ਕੋਈ ਲੈਣਾ ਦੇਣਾ ਨਹੀਂ ਆ ਯਿਸੂ ਮਸੀਹ ਨੂੰ ਲੈਣਾ ਦੇਣਾ ਇਸ ਗੱਲ ਤੋਂ ਆ ਕਿ ਉਹਨੇ ਤੁਹਾਡੇ ਤੋਂ ਕਿਰਪਾ ਕੀਤੀ ਆ ਇੱਕ ਦਿਨ ਉਹਨੇ ਤੁਹਾਡੇ ਕੋਲ ਆਉਣਾ ਆ ਫਲਾਂ ਦੀ ਆਸ ਦੇ ਨਾਲ ਕਿਉਂਕਿ ਬਾਈਬਲ ਸਾਬਿਤ ਕਰਦਾ ਮੈਂ ਠੋਸ ਸਬੂਤ ਦੇਵਾਂਗਾ ਤੁਹਾਨੂੰ ਕਿਉਂਕਿ ਯਿਸੂ ਮਸੀਹ ਨੇ ਤੁਹਾਨੂੰ ਚਰਚ ਦਾ ਰਾਹ ਦੱਸ ਦਿੱਤਾ ਤੁਹਾਡੇ ਬਹੁਤ ਅੱਛੇ ਪਾਸਟਰ ਦੇ ਨਾਲ ਤੁਹਾਨੂੰ ਮਿਲਾ ਦਿੱਤਾ ਬਹੁਤ ਆਤਮਕ ਅੱਛੀ ਸੰਗਤੀ ਦੇ ਨਾਲ ਤੁਹਾਨੂੰ ਜੋੜ ਦਿੱਤਾ ਆ ਉਸ ਤੋਂ ਬਾਅਦ ਫਲ ਤੁਸੀਂ ਆਪਣੇ ਅੰਦਰ ਪੈਦਾ ਕਰਨੇ ਆ ਔਰ ਬਾਹਰ ਕੱਢਣੇ ਆ ਯਾਨੀ ਕਿ ਨਜ਼ਰ ਆਉਣੇ ਚਾਹੀਦੇ ਆ ਫਿਰ ਯਿਸੂ ਮਸੀਹ ਨੇ ਤੁਹਾਡੇ ਕੋਲ ਆਉਣਾ ਆ ਮੈਂ ਆਉਣ ਦਾ ਮਤਲਬ ਉਹ ਨਹੀਂ ਤੁਹਾਨੂੰ ਦੱਸ ਰਿਹਾ ਕਿ ਯਿਸੂ ਮਸੀਹ ਨੇ ਬੱਦਲਾਂ ਦੇ ਉੱਪਰ ਆਉਣਾ ਹੈ ਲੈਣ ਦੇ ਲਈ ਹਾਂ ਉਸ ਚੀਜ਼ ਨੂੰ ਵੀ ਆਪਾਂ ਇਸ ਵਚਨ ਦੇ ਨਾਲ ਐਡ ਆਨ ਕਰ ਸਕਦੇ ਹਾਂ ਕਿ ਜਿਹਦੇ ਅੰਦਰ ਪਵਿੱਤਰ ਆਤਮਾ ਦੇ ਫਲ ਨਜ਼ਰ ਆਉਣਗੇ ਉਹੀ ਸਵਰਗ ਦੇ ਵਿੱਚ ਜਾਏਗਾ ਔਰ ਇਨ ਕੇਸ ਅਗਰ ਯਿਸੂ ਮਸੀਹ ਪਹਿਲਾਂ ਵੀ ਤੁਹਾਡੇ ਕੋਲ ਆਉਂਦੇ ਤੁਹਾਡੇ ਨਜ਼ਦੀਕ ਆਉਂਦੇ ਆ ਜਦੋਂ ਉਹਨੇ ਕਿਰਪਾ ਕੀਤੀ ਤੁਹਾਡੇ ਉੱਪਰ ਉਦੋਂ ਵੀ ਨਜ਼ਦੀਕ ਆ ਕੇ ਹੀ ਤੁਹਾਡੇ ਉੱਪਰ ਕਿਰਪਾ ਕੀਤੀ ਆ ਔਰ ਉਸ ਤੋਂ ਬਾਅਦ ਵੀ ਯਿਸੂ ਮਸੀਹ ਨੇ ਤੁਹਾਡੇ ਨਜ਼ਦੀਕ ਆਉਣਾ ਹੈ ਔਰ ਫਲਾਂ ਦੀ ਆਸ ਰੱਖਣੀ ਆ ਅਗਰ ਫਲ ਸਾਡੀ ਜ਼ਿੰਦਗੀ 'ਚ ਨਜ਼ਰ ਆਉਣਗੇ ਨਾ ਤੇ ਫਿਰ ਹੀ ਅੱਗੇ ਸਾਡੀ ਜ਼ਿੰਦਗੀ 'ਚ ਵਾਧਾ ਹੋਣਾ ਆ ਬਹੁਤ ਲੋਕ ਆ ਗਿਰਦੇ ਖੜਦੇ ਆ ਕਮਜ਼ੋਰ ਪੈਂਦੇ ਆ ਕਦੀ ਪ੍ਰਾਰਥਨਾ ਘੱਟ ਜਾਂਦੀ ਕਦੀ ਵੱਧ ਜਾਂਦੀ ਕਾਰਨ ਇਹੋ ਹੀ ਆ ਕਿ ਪਵਿੱਤਰ ਆਤਮਾ ਦੇ ਫਲ ਅੰਦਰ ਪੈਦਾ ਨਹੀਂ ਹੋਏ ਆ ਜੇ ਹੋਏ ਆ ਤੇ ਅਸੀਂ ਜ਼ਾਹਿਰ ਨਹੀਂ ਕੀਤੇ ਆ ਔਰ ਮੈਂ ਸਮੇਂ ਨੂੰ ਮੱਦੇ ਨਜ਼ਰ ਰੱਖਦੀ ਤੁਹਾਡੇ ਨਾਲ ਕੁਛ ਬੱਚਿਆਂ ਦੇ ਵਿੱਚ ਠੋਸ ਸਬੂਤ ਤੁਹਾਨੂੰ ਦੇਣਾ ਚਾਹੁੰਦਾ ਹਾਂ
ਮੇਰੇ ਨਾਲ ਤੁਸੀਂ ਪੜ੍ਹ ਸਕਦੇ ਹਾਂ ਯਹੂਨਾ ਦੀ ਅੰਜੀਲ ਉਹਦਾ ਜਦੋਂ 15 ਨੰਬਰ ਅਧਿਆਇ ਪੜ੍ਹਦੇ ਹਾਂ ਔਰ ਉਹਦਾ 7 ਔਰ 8 ਨੰਬਰ ਪੰਕਤੀ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਬਾਈਬਲ ਤੁਹਾਨੂੰ ਤੇ ਮੈਨੂੰ ਕੀ ਕਹਿੰਦਾ ਆ ਮੈਂ ਪੜ੍ਹਦਾ ਹਾਂ ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ ਬਾਈਬਲ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਕਾਰ ਗੱਡੀ ਬੰਗਲਾ ਮੰਗਣ ਦੀ ਜ਼ਰੂਰਤ ਨਹੀਂ ਆ ਪਵਿੱਤਰ ਆਤਮਾ ਦੇ ਫਲਾਂ ਦੀ ਆਸ ਰੱਖੋ ਪਵਿੱਤਰ ਆਤਮਾ ਦੇ ਫਲਾਂ ਨੂੰ ਮੰਗਣ ਦੀ ਆਸ ਰੱਖੋ ਖੁਦਾਵੰਦ ਦੇ ਕੋਲੋਂ ਪਾਕ ਰੂਹ ਦੇ ਜਿਹੜੇ ਫਲ ਆ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੋਣੇ ਆ ਉਹ ਖੁਦਾ ਦੇ ਕੋਲੋਂ ਮੰਗੋ ਬਾਈਬਲ ਕੀ ਕਹਿੰਦਾ ਸਾਬਿਤ ਕਰਦਾ ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਪਵਿੱਤਰ ਸ਼ਬਦ ਆ ਕਹਿੰਦੇ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਅਗਲੀ ਲਾਈਨ ਦੇ ਵਿੱਚ 8 ਨੰਬਰ ਪੰਕਤੀ ਚ ਬਾਈਬਲ ਕੀ ਕਹਿੰਦਾ ਕਹਿੰਦੇ ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਆ ਜੋ ਤੁਸੀਂ ਬਹੁਤਾ ਫਲ ਦਿਓ ਜੇ ਅਸੀਂ ਬਹੁਤਾ ਫਲ ਦਿੰਦੇ ਆ ਤੇ ਬਾਈਬਲ ਕਹਿੰਦਾ ਆ ਐਉਂ ਤੁਸੀਂ ਮੇਰੇ ਚੇਲੇ ਹੋਵੋਗੇ ਐਉਂ ਅਸੀਂ ਉਹਦੇ ਪੁੱਤਰ ਧੀਆਂ ਹੋਵਾਂਗੇ ਐਉਂ ਅਸੀਂ ਪਾਸਟਰ ਹੋਵਾਂਗੇ ਐਉਂ ਅਸੀਂ ਧਰਮੀ ਠਹਿਰਾਏ ਜਾਵਾਂਗੇ ਖੁਦਾਵੰਦ ਦੀ ਨਜ਼ਰਾਂ ਦੇ ਵਿੱਚ ਕਹਿੰਦੇ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਹੀ ਆ ਜੋ ਤੁਸੀਂ ਬਹੁਤਾ ਫਲ ਦਿਓ ਅਸੀਂ ਬਹੁਤਾ ਫਲ ਸਾਡੀ ਜ਼ਿੰਦਗੀਆਂ 'ਚ ਨਜ਼ਰ ਆਉਣਾ ਚਾਹੀਦਾ ਆ ਨਹੀਂ ਤਾਂ ਯਿਸੂ ਮਸੀਹ ਪੇੜ ਨੂੰ ਲਾ ਦੇਗਾ ਪੇੜ ਨੂੰ ਕੱਟ ਦੇਗਾ ਜੜੋ ਉਖਾੜ ਦੇਗਾ ਉਹ ਉਹਨੂੰ ਖਾਲੀ ਪੱਤਿਆਂ ਦੇ ਨਾਲ ਕੋਈ ਜ਼ਰੂਰਤ ਨਹੀਂ ਆ ਮਤਲਬ ਦਿਖਾਵੇ ਦੇ ਧਰਮੀ ਜਿਹੜਾ ਬੰਦਾ ਬਣਦਾ ਆ ਉਹਦਾ ਕੋਈ ਫਾਇਦਾ ਨਹੀਂ ਯਿਸੂ ਮਸੀਹ ਨੂੰ ਔਰ ਨਾ ਹੀ ਯਿਸੂ ਮਸੀਹ ਇਸ ਤਰ੍ਹਾਂ ਦੇ ਪਰਸਨ ਤੋਂ ਖੁਸ਼ ਹੁੰਦਾ ਆ ਕਿ ਉਹ ਦਿਖਾਵੇ ਦਾ ਧਰਮੀ ਬੰਦਾ ਹੋਵੇ ਦਿਖਾਵੇ ਦੇ ਲਈ ਬਹੁਤ ਪ੍ਰਾਰਥਨਾਵਾਂ ਕਰਦਾ ਹੋਵੇ ਬਹੁਤ ਡੀਪਲੀ ਸ਼ਬਦ ਪ੍ਰਾਰਥਨਾ ਦੇ ਵਿੱਚ ਯੂਜ਼ ਕਰਦਾ ਹੋਵੇ ਔਰ ਫਲ ਉਹਦੀ ਜ਼ਿੰਦਗੀ 'ਚ ਨਜ਼ਰ ਨਾ ਆਉਣ ਫਲ ਉਹਦੇ ਅੰਦਰ ਨਜ਼ਰ ਨਾ ਆਉਣ ਤੇ ਯਿਸੂ ਮਸੀਹ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਵੀ ਫਾਇਦਾ ਨਹੀਂ ਹੈ ਕੋਈ ਵੀ ਮਤਲਬ ਨਹੀਂ ਹੈ ਔਰ ਇਸ ਤਰ੍ਹਾਂ ਦਾ ਬੰਦਾ ਭੁੱਲ ਜਾਵੇ ਕਿ ਉਹ ਖੁਦਾ ਦੇ ਕੋਲੋਂ ਕੁਝ ਲੈ ਸਕਦਾ ਹੈ ਕਹਿੰਦੇ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਹੀ ਆ ਕਿ ਤੁਸੀਂ ਬਹੁਤਾ ਫਲ ਦਿਓ ਜੇ ਤੁਸੀਂ ਬਹੁਤਾ ਫਲ ਦਿੰਦੇ ਆ ਕਹਿੰਦੇ ਤਾਂ ਹੀ ਤੁਸੀਂ ਮੇਰੇ ਚੇਲੇ ਆ ਤਾਂ ਤੁਸੀਂ ਮੇਰੇ ਧਰਮੀ ਬੰਦੇ ਆ ਤਾਂ ਤੁਸੀਂ ਮੇਰੇ ਪੁੱਤਰ ਧੀਆਂ ਆ ਸਭ ਫਲਾਂ ਦੀ ਆਸ ਰੱਖਦਾ ਯਿਸੂ ਮਸੀਹ ਔਰ ਮੈਂ ਤੁਹਾਨੂੰ ਬਾਈਬਲ 'ਚ ਇੱਕ ਹੋਰ ਰੈਫਰੈਂਸ ਦੇਣਾ ਚਾਹੁੰਦਾ ਮਰਕੁਸ਼ ਦੀ ਅੰਜੀਲ ਔਰ ਉਹਦਾ 11 ਨੰਬਰ ਅਧਿਆਇ ਔਰ ਉਹਦਾ 12 13 ਔਰ 14 ਨੰਬਰ ਪੰਕਤੀ ਦੇ ਵਿੱਚ ਬਾਈਬਲ ਕੀ ਕਹਿੰਦਾ ਹੈ ਮੈਂ ਤੁਹਾਨੂੰ ਜੋ ਦੱਸ ਚੁੱਕਾ ਹਾਂ ਉਹੀ ਬਾਈਬਲ ਦੇ ਵਿੱਚੋਂ ਸਾਬਿਤ ਕਰਾਂਗਾ ਜਦੋਂ ਅਸੀਂ ਮਰਕੁਸ ਦੀ ਅੰਜੀਲ ਉਹਦਾ 11 ਨੰਬਰ ਅਧਿਆਇ ਔਰ ਉਹਦਾ 12 13 ਔਰ 14 ਨੰਬਰ ਪੰਕਤੀ ਨੂੰ ਪੜ੍ਹਦੇ ਹਾਂ ਸੁਣੀਏ ਬਾਈਬਲ ਕੀ ਕਹਿੰਦਾ ਯਿਸੂ ਮਸੀਹ ਦੇ ਟਾਈਮ ਦੀਆਂ ਗੱਲਾਂ ਆ ਯਿਸੂ ਮਸੀਹ ਨੇ ਕੁਝ ਗੱਲਾਂ ਸਾਨੂੰ ਸਿਖਾਉਣੀਆਂ ਚਾਹੀਆਂ ਔਰ ਲਿਖਿਆ ਅਗਲੇ ਦਿਨ ਜਾਂ ਉਹ ਬੈਦਨੀਆਂ ਤੋਂ ਬਾਹਰ ਆਏ ਯਿਸੂ ਮਸੀਹ ਔਰ ਯਿਸੂ ਮਸੀਹ ਦੇ ਚੇਲੇ ਔਰ ਕਹਿੰਦੇ ਜਦੋਂ ਉਹ ਬੈਤਨੀਆਂ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ ਯਿਸੂ ਮਸੀਹ ਨੂੰ ਭੁੱਖ ਲੱਗੀ ਅੱਜ ਵੀ ਉਹ ਤੁਹਾਡੇ ਕੋਲ ਆਉਂਦਾ ਆ ਔਰ ਲਿਖਿਆ ਕਹਿੰਦੇ ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਇੱਕ ਬ੍ਰਿਕਸ਼ ਵੇਖ ਕੇ ਉਹ ਗਿਆ ਬ੍ਰਿਕਸ਼ ਦੇ ਕੋਲ ਗਿਆ ਜੋ ਕੀ ਜਾਣੀਏ ਉਸ ਤੋਂ ਕੁਝ ਲੱਭੇ ਪੱਤਿਆਂ ਦਾ ਹਰਿਆ ਭਰਿਆ ਬ੍ਰਿਕਸ਼ ਦੇਖ ਕੇ ਯਿਸੂ ਮਸੀਹ ਉਹਦੇ ਕੋਲ ਗਏ ਕਿਉਂਕਿ ਭੁੱਖ ਲੱਗੀ ਸੀ ਫਲ ਦੀ ਆਸ ਦੇ ਨਾਲ ਕਿ ਫਲ ਤੋੜਿਆ ਜਾਵੇ ਔਰ ਪੇਟ ਭਰਿਆ ਜਾਵੇ ਇਸੇ ਰੀਤੀ ਦੇ ਨਾਲ ਖੁਦਾ ਨੇ ਤੁਹਾਡੇ ਮੇਰੇ ਉੱਪਰ ਕਿਰਪਾ ਕੀਤੀ ਹੈ ਇਸੇ ਲਈ ਕਿ ਸਾਡੇ ਅੰਦਰੋਂ ਫਲ ਨਜ਼ਰ ਆਉਣ ਕਿ ਜਦ ਯਿਸੂ ਮਸੀਹ ਸਾਡੇ ਕੋਲ ਆ ਸਾਨੂੰ ਇਸਤੇਮਾਲ ਕਰੇ ਜਿਹੜੇ ਵਚਨ ਦੇ ਪਿਆਸੇ ਆ ਉਹਨਾਂ ਦੀ ਪਿਆਸ ਬੁਝਾਈ ਜਾਵੇ ਸਾਡੇ ਦੁਆਰਾ ਔਰ ਜਿਹੜੇ ਪਾਪ ਦੇ ਵਿੱਚ ਗ੍ਰਸਤ ਨੇ ਸਾਡੇ ਦੁਆਰਾ ਉਹ ਛੁਡਾਏ ਜਾਣ ਸਾਡੀ ਜ਼ਿੰਦਗੀ ਦਾ ਨਮੂਨਾ ਦੇਖ ਕੇ ਉਹ ਤੌਬਾ ਕਰਨ ਬਚਾਏ ਜਾਣ ਖੁਦਾਵੰਦ ਦੇ ਲੜ ਆਪਣਾ ਜੀਵਨ ਲਗਾਉਣ ਔਰ ਸਾਡੀਆਂ ਗਵਾਹੀਆਂ ਸੁਣ ਕੇ ਉਹ ਉਹਨਾਂ ਦੀ ਜ਼ਿੰਦਗੀਆਂ 'ਚ ਗਵਾਹੀਆਂ ਪੈਦਾ ਹੋਣ ਉਹ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਉਹ ਸ਼ੈਤਾਨ ਦੇ ਝਮੇਲਿਆਂ ਤੋਂ ਛੁਟਕਾਰਾ ਪਾਉਣ ਯਿਸੂ ਮਸੀਹ ਨੂੰ ਫਲਾਂ ਦੇ ਨਾਲ ਆਸ ਆ ਕਹਿੰਦੇ ਜਦ ਯਿਸੂ ਮਸੀਹ ਨੂੰ ਭੁੱਖ ਲੱਗੀ ਬੈਤਨੀਆਂ ਤੋਂ ਜਦੋਂ ਉਹ ਆਏ ਬੈਤਨੀਆਂ ਦੇ ਵਿੱਚ ਜਾਂ ਬਾਹਰ ਆਏ ਉੱਥੋਂ ਔਰ ਕਹਿੰਦੇ ਉਹਨੂੰ ਭੁੱਖ ਲੱਗੀ ਤੇ ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਬ੍ਰਿਸ਼ ਵੇਖ ਕੇ ਉਹਨੂੰ ਉਹਦੇ ਕੋਲ ਗਏ ਤੇ ਲਿਖਿਆ ਜੋ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਾਂ ਉਹਦੇ ਨੇੜੇ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜੀਰ ਦੀ ਰੁੱਤ ਨਾ ਸੀਗੀ ਕਹਿੰਦੇ ਜਦੋਂ ਕੋਲ ਗਏ ਦੂਰੋਂ ਤਾਂ ਬਹੁਤ ਵਧੀਆ ਲੱਗਾ ਪੱਤਿਆਂ ਨਾਲ ਭਰਿਆ ਪਿਆ ਸੀਗਾ ਰੁੱਖ ਅੱਜ ਦਾ ਇਨਸਾਨ ਵੀ ਆ ਬਹੁਤ ਹੱਥ ਚਾ ਕੇ ਦੁਆ ਕਰਦਾ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਦੁਆ ਕਰਦਾ ਮਤਲਬ ਬਹੁਤ ਡੀਪਲੀ ਸ਼ਬਦ ਬੋਲਦਾ ਦੁਆ ਦੇ ਵਿੱਚ ਔਰ ਦੇਖਣ ਵਾਲੇ ਨੂੰ ਲੱਗਣਾ ਕਿ ਇਹ ਤਾਂ ਵੀ ਪਾਸਟਰ ਬਣਨ ਦੇ ਯੋਗ ਆ ਇਹ ਇੱਦਾਂ ਇੰਨੇ ਡੀਪਲੀ ਔਰ ਤੁਸੀਂ ਪਰਸਨਲੀ ਉਹਦੇ ਨਾਲ ਜਦੋਂ ਸਮੇਂ ਬਿਤਾਓਗੇ ਫਿਰ ਤੁਹਾਨੂੰ ਪਤਾ ਲੱਗਣਾ ਹੈ ਕਿ ਇਹ ਸਿਰਫ ਹੰਜੀਰ ਦਾ ਬ੍ਰਿਕਸ਼ ਦੀ ਤਰ੍ਹਾਂ ਹੀ ਆ ਬਸ ਪੱਤਿਆਂ ਦੇ ਨਾਲ ਭਰਿਆ ਪਿਆ ਫਲ ਇੱਕ ਵੀ ਨਜ਼ਰ ਨਹੀਂ ਆ ਫਲ ਅੰਦਰੋਂ ਨਿਕਲਿਆ ਹੀ ਨਹੀਂ ਆ ਕਿਉਂਕਿ ਜਦੋਂ ਫਲ ਅੰਦਰੋਂ ਨਿਕਲੇਗਾ ਨਾ ਫਿਰ ਧਰਮੀ ਬਣਨਾ ਤੁਸੀਂ ਉਹਨੂੰ ਡਾਂਟ ਕੇ ਦੇਖੋ ਉਹ ਸਹੇਗਾ ਗੁੱਸਾ ਨਹੀਂ ਕਰੇਗਾ ਉਸ ਤੋਂ ਪਤਾ ਲੱਗਦਾ ਕਿ ਇਸ ਬੰਦੇ ਦੇ ਅੰਦਰ ਇਸ ਰੁੱਖ ਦੇ ਅੰਦਰ ਫਲ ਨਜ਼ਰ ਆ ਰਹੇ ਆ ਤੁਸੀਂ ਉਹਨੂੰ ਡਾਂਟੋ
ਤੁਸੀਂ ਉਹਨੂੰ ਪਿਆਰ ਕਰੋ, ਤੁਸੀਂ ਉਹਨੂੰ ਸਿਖਾਓ, ਤੁਸੀਂ ਉਹਨੂੰ ਸਮਝਾਓ, ਉਹਦੀ ਅਧੀਨਗੀ ਦੇਖੋ, ਖੁਦਾਵੰਦ ਦੇ ਨਾਲ ਉਹਦਾ ਪਿਆਰ ਦੇਖੋ, ਔਰ ਆਤਮਕ ਲੋਕਾਂ ਦੇ ਨਾਲ ਉਹਦੀ ਬੋਲਚਾਲ ਦੇਖੋ, ਔਰ ਸੰਸਾਰਕ ਲੋਕਾਂ ਦੇ ਨਾਲ ਉਹਦੀ ਬੋਲਚਾਲ ਦੇਖੋ, ਤੁਹਾਨੂੰ ਉਸ ਤੋਂ ਪਤਾ ਲੱਗ ਜਾਏਗਾ ਕਿ ਇਹ ਇਕੱਲਾ ਹੰਜੀਰ ਦਾ ਬ੍ਰਿਕਸ਼ ਪੱਤਿਆਂ ਦੇ ਨਾਲ ਹੀ ਭਰਿਆ ਹੋਇਆ ਜਾਂ ਇਹਦੇ ਅੰਦਰ ਫਲ ਵੀ ਨਜ਼ਰ ਆ ਰਹੇ ਆ। ਔਰ ਲਿਖਿਆ ਯਿਸੂ ਮਸੀਹ ਜਦ ਉਸ ਪੇੜ ਦੇ ਕੋਲ ਗਏ, ਨੇੜੇ ਆਏ ਵੀ ਫਲ ਦੀ ਆਸ ਰੱਖਣ, ਪਰ ਕੁਝ ਨਹੀਂ ਮਿਲਿਆ, ਪੱਤਿਆਂ ਬਿਨਾਂ ਕਿਤੇ ਕੁਝ ਵੀ ਨਾ ਪਾਇਆ ਕਿਉਂਕਿ ਹੰਜੀਰ ਦੀ ਰੁੱਤ ਨਾ ਸੀ। ਤਦ ਉਹਨੇ ਅੱਗੋਂ ਉਸ ਨੂੰ ਆਖਿਆ, ਕੋਈ ਤੇਰਾ ਫਲ ਫਿਰ ਕਦੇ ਨਾ ਖਾਵੇ। ਔਰ ਉਹ ਚੇਲਿਆਂ ਨੇ ਇਹ ਗੱਲ ਸੁਣ ਲਈ। ਔਰ ਬਾਈਬਲ 'ਚ ਜਦੋਂ ਆਪਾਂ ਇਸ ਚੈਪਟਰ ਨੂੰ ਕੰਪਲੀਟ ਕਰੋਗੇ ਤਾਂ ਲਿਖਿਆ ਅਗਲੇ ਦਿਨ ਜਦ ਉੱਥੋਂ ਲੰਘੇ ਚੇਲੇ ਤੇ ਉਹ ਹੰਜੀਰ ਦਾ ਬ੍ਰਿਕਸ਼ ਸੁੱਕ ਗਿਆ ਸੀਗਾ, ਕਿਉਂਕਿ ਯਿਸੂ ਮਸੀਹ ਨੂੰ ਫਲ ਦੀ ਆਸ ਆ। ਅੱਜ ਦਾ ਇਨਸਾਨ ਵੀ ਇੱਦਾਂ ਸੁੱਕ ਜਾਂਦਾ ਜਦੋਂ ਖੁਦਾ ਦੀ ਜਿਹੜੀ ਕਿਰਪਾ ਹੋਈ ਆ ਉਹਨੂੰ ਤਕੜਾਈ ਨਾਲ ਫੜ ਕੇ ਨਹੀਂ ਰੱਖਦਾ। ਖੁਦਾ ਨੇ ਜਿਹੜਾ ਸਟੈਮਿਨਾ ਤੁਹਾਨੂੰ ਦਿੱਤਾ ਪ੍ਰਾਰਥਨਾ ਕਰਨ ਦਾ, ਉਹਨੂੰ ਵਧਾ ਨਹੀਂ ਰਿਹਾ। ਖੁਦਾ ਨੇ ਜੋ ਬਾਈਬਲ ਪੜ੍ਹਨ ਦਾ ਸਾਨੂੰ ਬੋਝ ਦਿੱਤਾ, ਜੋ ਬਿਮਾਰਾਂ ਦੇ ਲਈ ਦੁਆ ਕਰਨ ਦਾ ਸਾਨੂੰ ਬੋਝ ਦਿੱਤਾ ਆ, ਉਹਨੂੰ ਅਸੀਂ ਉਹਦੇ ਵਿੱਚ ਅਸੀਂ ਵਾਧਾ ਨਹੀਂ ਕਰ ਰਹੇ। ਤੋੜੇ ਦਿੱਤੇ ਆ, ਕਿਸੇ ਨੂੰ ਦੋ, ਕਿਸੇ ਨੂੰ ਪੰਜ, ਕਿਸੇ ਨੂੰ ਇੱਕ, ਔਰ ਜਿਨ੍ਹਾਂ ਨੇ ਵਾਧਾ ਕੀਤਾ ਉਹਨਾਂ ਨੂੰ ਸ਼ਾਬਾਸ਼ੀ ਮਿਲੀ ਹੈ, ਔਰ ਇੱਕ ਜਿਹਨੂੰ ਮਿਲਿਆ ਸੀ ਉਹਨੇ ਲਕੋ ਲਿਆ ਸੀਗਾ। ਤੇ ਯਿਸੂ ਮਸੀਹ ਕਹਿੰਦੇ ਸੀ ਅਗਰ ਤੂੰ ਇਹ ਕਿਤੇ ਦਿੰਦਾ ਵਿਆਜ ਹੀ ਰਹਿੰਦਾ ਤੇ ਉਹ ਵੀ ਮੇਰਾ ਫਾਇਦਾ ਹੁੰਦਾ। ਅੱਜ ਅਗਰ ਖੁਦਾ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਕੁਝ ਕਿਰਪਾ ਬਖਸ਼ੀ ਆ, ਦਾਨ ਪ੍ਰਦਾਨ ਬਖਸ਼ੇ ਆ, ਉਹਦਾ ਵਾਧਾ ਕਰਨਾ ਚਾਹੀਦਾ। ਅਗਰ ਪ੍ਰਾਰਥਨਾ ਕਰਨ ਦਾ ਬੋਝ ਆ ਬਿਮਾਰਾਂ ਦੇ ਲਈ, ਉਦੋਂ ਉਹਦੇ ਘੰਟੇ ਵੱਧਦੇ ਹੋਣੇ ਚਾਹੀਦੇ। ਅਗਰ ਸਾਨੂੰ ਬਾਈਬਲ ਪੜ੍ਹਨ ਦਾ ਬੋਝ ਆ, ਬਾਈਬਲ ਦਾ ਗਿਆਨ ਦੇਣ ਦਾ ਖੁਦਾ ਨੇ ਸਾਨੂੰ ਮੌਕਾ ਦਿੱਤਾ ਆ ਜਾਂ ਵਾਅਦਾ ਦਿੱਤਾ ਜਾਂ ਵਰਦਾਨ ਦਿੱਤਾ, ਤੇ ਸਾਨੂੰ ਇਹਦੇ ਵਿੱਚ ਖੁੱਭਣਾ ਚਾਹੀਦਾ ਆ, ਨਾ ਕਿ ਸਾਨੂੰ ਇੱਧਰ ਉੱਧਰ ਟਾਈਮ ਵੇਸਟ ਕਰਨਾ ਚਾਹੀਦਾ ਆ। ਸਾਨੂੰ ਇਹਦੇ ਵਿੱਚ ਖੁੱਭ ਕੇ ਉਸ ਤੋੜੇ ਨੂੰ ਵਧਾਉਣਾ ਚਾਹੀਦਾ ਆ। ਅਗਰ ਵਧਾਵਾਂਗੇ ਤਾਂ ਹੀ ਖੁਦਾ ਦੇ ਕੋਲੋਂ ਸ਼ਾਬਾਸ਼ੀ ਮਿਲਣੀ, ਤਾਂ ਫਲ ਸਾਡੇ ਅੰਦਰ ਨਜ਼ਰ ਆਉਣੇ ਆ ਕਿ ਖੁਦਾ ਨੇ ਜਿਹੜਾ ਸਾਨੂੰ ਤੋੜਾ ਦਿੱਤਾ ਸੀ ਉਹਦੇ ਵਿੱਚ ਵਾਧਾ ਕਰ ਰਹੇ ਹਾਂ। ਸਟੇਬਲ ਨਹੀਂ ਆ, ਵੱਧ ਘੱਟ ਨਹੀਂ ਰਹੇ ਹਾਂ, ਵਾਧਾ ਹੀ ਕਰਨਾ ਆ, ਸਿਰਫ ਵਾਧਾ ਹੀ ਕਰਨਾ ਆ, ਹੋਰ ਕੁਛ ਨਹੀਂ ਕਰਨਾ। ਔਰ ਵਾਧਾ 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 ਉਹੀ ਇਨਸਾਨ ਕਰ ਸਕਦਾ ਜਿਹੜਾ ਮਸੀਹ 'ਚ ਸਰਗਰਮ ਹੋ ਕੇ ਚੱਲਦਾ, ਨਾ ਜ਼ਿਆਦਾ ਠੰਡਾ ਤੇ ਨਾ ਜ਼ਿਆਦਾ ਗਰਮ। ਬਾਈਬਲ ਕਹਿੰਦਾ ਸਰਗਰਮ ਰਹੋ, ਸਰਗਰਮ ਹਰ ਸਿਚੁਏਸ਼ਨ ਦੇ ਵਿੱਚ ਗੁਜ਼ਰੋ, ਹਰ ਇੱਕ ਸਿਚੁਏਸ਼ਨ ਨੂੰ ਦੇਖੋ। ਇਹ ਨਹੀਂ ਹੈ ਕਿ ਸਿਚੁਏਸ਼ਨ ਦੁੱਖ ਵਾਲੀ ਆ ਗਈ, ਕਿਉਂਕਿ ਜਿਹੜਾ ਬੰਦਾ ਉਸ ਸਿਚੁਏਸ਼ਨ 'ਚੋਂ ਨਿਕਲਿਆ ਨਹੀਂ ਆ ਉਹਨੂੰ ਦੁੱਖ ਦੇ ਵਿੱਚ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਹਰ ਇੱਕ ਸਿਚੁਏਸ਼ਨ ਦੇ ਵਿੱਚੋਂ ਲੰਘੋ ਤੇ ਫਿਰ ਖੁਦਾ ਦੇ ਵਿੱਚ ਵਧਣਾ ਸ਼ੁਰੂ ਕਰੋ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਅਗਲੇ ਦਿਨ ਉਹ ਉੱਥੋਂ ਦੀ ਲੰਘੇ ਚੇਲੇ ਔਰ ਯਿਸੂ ਮਸੀਹ, ਔਰ ਲਿਖਿਆ ਉਹ ਹੰਜੀਰ ਦਾ ਬ੍ਰਿਕਸ਼ ਸੜ ਚੁੱਕਾ ਸੀਗਾ, ਸੁੱਕ ਗਿਆ ਸੀਗਾ। ਕਾਰਨ ਇਹੋ ਹੀ, ਇਕੱਲੇ ਪੱਤਿਆਂ ਦੇ ਨਾਲ ਕੋਈ ਮਤਲਬ ਨਹੀਂ ਯਿਸੂ ਮਸੀਹ। ਤਾਂਹੀਓ ਇੱਕ ਇਨਸਾਨ ਬਹੁਤ ਜ਼ਿਆਦਾ ਵੱਧ ਜਾਂਦਾ ਖੁਦਾ ਦੇ ਵਿੱਚ, ਅਸੀਂ ਦੇਖ ਰਹੇ ਹਾਂ, ਦੇਖਦੇ ਹਾਂ, ਪ੍ਰਾਰਥਨਾ 'ਚ ਬਹੁਤ ਵੱਧ ਰਿਹਾ, ਬਚਨ 'ਚ ਬਹੁਤ ਵੱਧ ਰਿਹਾ, ਸੰਗਤੀ ਆਤਮਕ 'ਚ ਬਹੁਤ ਵੱਧ ਰਿਹਾ ਆ, ਪਰ ਕੁਝ ਸਿਚੁਏਸ਼ਨ ਦੀ ਜ਼ਿੰਦਗੀ 'ਚ ਇੱਦਾਂ ਦੀ ਆ ਜਾਂਦੀ ਆ, ਉਹ ਜਗਦਮ ਹੀ ਡਿੱਗ ਜਾਂਦਾ, ਜਗਦਮ ਹੀ ਕਮਜ਼ੋਰ ਪੈ ਜਾਂਦਾ। ਫਿਰ ਉਹਦੇ ਸ਼ਬਦ ਜਿਹੜੇ ਆ ਸੰਸਾਰਕ ਹੋਣੇ ਸ਼ੁਰੂ ਹੋ ਜਾਂਦੇ, ਫਿਰ ਉਹਦੀਆਂ ਗੱਲਾਂ ਜਿਹੜੀਆਂ ਸੰਸਾਰਕ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਾਰਨ, ਕਿਉਂਕਿ ਜੋ ਖੁਦਾ ਨੇ ਤੋੜਾ ਦਿੱਤਾ ਉਹਨੂੰ ਵਾਧਾ ਨਹੀਂ ਕੀਤਾ, ਜੋ ਖੁਦਾ ਨੇ ਕਿਰਪਾ ਕੀਤੀ ਆ ਉਹਦੀ ਕਦਰ ਨਹੀਂ ਕੀਤੀ, ਉਹਨੂੰ ਵਧਾਇਆ ਨਹੀਂ। ਫਲ ਜਿਹੜੇ ਅੰਦਰੋਂ ਪੈਦਾ ਕਰਕੇ ਖੁਦਾ ਨੂੰ ਦਿਖਾਉਣੇ ਸੀਗੇ ਉਹ ਦਿਖਾਈ ਨਹੀਂ, ਇਸੇ ਕਰਕੇ ਉਹ ਬੰਦਾ ਫਿਰ ਸੁੱਕ ਜਾਂਦਾ ਆ। ਤੇ ਬਾਈਬਲ 'ਚ ਤੁਹਾਨੂੰ ਇੱਕ ਹੋਰ ਰੈਫਰੈਂਸ ਦੇਣਾ ਚਾਹੁੰਦਾ ਆ, ਲੋਕਾਂ ਦੀ ਅੰਜੀਲ ਉਹਦਾ 13 ਨੰਬਰ ਅਧਿਆਇ ਔਰ ਉਹਦਾ 6 ਨੰਬਰ ਪੰਕਤੀ ਤੋਂ ਅਸੀਂ 9 ਨੰਬਰ ਪੰਕਤੀ ਤੱਕ ਪੜ੍ਹਨਾ ਹੈ। ਸੁਣਨਾ ਬਾਈਬਲ ਕੀ ਕਹਿੰਦਾ ਹੈ, ਫਲਾਂ ਦੀ ਗੱਲ ਮੈਂ ਕਰਦਾ ਹਾਂ। ਲਿਖਿਆ ਉਸਨੇ ਇੱਕ ਦ੍ਰਿਸ਼ਟਾਂਤ ਦਿੱਤਾ ਭਈ ਕਿਸੇ ਮਨੁੱਖ ਨੇ ਅੰਗੂਰੀ ਬਾਗ ਦੇ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀਗਾ, ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ। ਮੈਂ ਫਿਰ ਤੋਂ ਸ਼ੁਰੂਆਤ ਤੋਂ ਪੜ੍ਹਦਾ ਹਾਂ, ਬੜੇ ਧਿਆਨ ਦੇ ਨਾਲ ਸੁਣੋ, ਜੇ ਸਮਝ ਲਿਆ ਤਾਂ ਤੁਹਾਨੂੰ ਵਚਨ ਸਮਝ ਆ ਜਾਣਾ ਹੈ। ਕਹਿੰਦੇ ਉਸਨੇ ਇਹ ਦ੍ਰਿਸ਼ਟਾਂਤ ਦਿੱਤਾ, ਯਿਸੂ ਮਸੀਹ ਨੇ ਇੱਕ ਉਦਾਹਰਨ ਦਿੱਤੀ ਵੀ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀਗਾ, ਔਰ ਉਸ ਦਾ ਫਲ ਲੈਣ ਆਇਆ ਪਰ ਲੱਭਾ ਨਹੀਂ। ਮਾਲਕ ਫਲ ਲੈਣ ਦੇ ਲਈ ਆਇਆ ਪਰ ਉਹਨੂੰ ਲੱਭਾ ਨਹੀਂ। ਅੱਜ ਵੀ ਸਾਡਾ ਮਾਲਕ ਆ ਜਿਹੜਾ ਸਵਰਗ ਦੇ ਵਿੱਚ ਬੈਠਾ ਹੈ, ਔਰ ਉਹਨੇ ਫਲ ਲੈਣ ਆਉਣਾ ਆ, ਪਰ ਜੇ ਉਹਨੂੰ ਨਾ ਲੱਭਾ ਤੇ ਫਿਰ ਬਾਈਬਲ ਕੀ ਕਹਿੰਦਾ ਆ, ਕਹਿੰਦੇ ਤਦ ਉਹਨੇ ਬਾਗਬਾਨ ਨੂੰ ਆਖਿਆ, ਯਾਨੀ ਕਿ ਜਿਹੜਾ ਬਾਗ ਦਾ ਮਾਲੀ ਹੈ, ਪੇੜ ਅਸੀਂ, ਬਾਗਬਾਨ ਯਿਸੂ ਮਸੀਹ ਆ, ਜਿਹੜਾ ਬਾਗ ਦਾ ਮਾਲਕ ਆ ਉਹ ਪਿਤਾ ਪਰਮੇਸ਼ਵਰ ਆ, ਸਾਨੂੰ ਲਗਾ ਦਿੱਤਾ ਬਾਗ ਦੇ ਵਿੱਚ, ਯਿਸੂ ਮਸੀਹ ਦੀ ਕਿਰਪਾ ਦੇ ਨਾਲ ਅਸੀਂ ਲਾਏ ਗਏ ਹਾਂ। ਔਰ ਕਹਿੰਦੇ ਜਦੋਂ ਮਾਲਕ ਆਇਆ ਬਾਗ ਦੇ ਵਿੱਚ ਫਲ ਲੈਣ ਦੇ ਲਈ ਪਰ ਉਹਨੂੰ ਲੱਭਾ ਨਹੀਂ, ਤੇ ਫਿਰ ਕਹਿੰਦੇ ਤਦ ਉਹਨੇ ਬਾਗਬਾਨ ਨੂੰ ਆਖਿਆ, ਵੇਖ ਮੈਂ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ 3 ਵਰਿਆਂ ਤੋਂ ਆਉਂਦਾ ਆ ਪਰ ਨਹੀਂ ਲੱਭਦਾ। ਯਾਨੀ ਕਿ ਪਿਤਾ ਪਰਮੇਸ਼ਵਰ ਕਹਿੰਦੇ ਮੈਂ ਇਸ ਬਾਗ ਦੇ ਵਿੱਚ ਆ ਰਿਹਾ 3 ਸਾਲਾਂ ਤੋਂ, ਪਰ ਮੈਨੂੰ ਕੁਝ ਨਹੀਂ ਮਿਲਦਾ ਪਿਆ, ਮੈਨੂੰ ਕੁਝ ਰਿਸਪੋਂਸ ਨਹੀਂ ਮਿਲਦਾ, ਮੈਨੂੰ ਕੁਝ ਤਰੱਕੀ ਨਹੀਂ ਮਿਲਦੀ,
ਜੋ ਤੋੜਾ ਦਿੱਤਾ ਉਹਦੇ ਵਿੱਚ ਕੁਝ ਵਾਧਾ ਨਹੀਂ ਹੋ ਰਿਹਾ ਔਰ ਇਹ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਵਰਦਾਨ ਨੂੰ ਦਬਾ ਰਿਹਾ, ਉਹ ਕਿਰਪਾ ਜੋ ਹੋਈ ਆ ਉਹਨੂੰ ਦਬਾ ਰਿਹਾ, ਜੋ ਮੈਂ ਉਹਦੇ ਉੱਤੇ ਅਭਿਸ਼ੇਕ ਡੋਲਿਆ ਆ, ਜੋ ਉਹਦਾ ਅਭਿਸ਼ੇਕ ਕੀਤਾ ਆ, ਉਹਦੇ ਵਿੱਚ ਵਾਧਾ ਕਹਿੰਦੇ ਮੈਨੂੰ ਨਜ਼ਰ ਨਹੀਂ ਆ ਰਿਹਾ। ਪਿਤਾ ਪਰਮੇਸ਼ਵਰ ਯਿਸੂ ਮਸੀਹ ਨੂੰ ਕਹਿ ਰਹੇ ਹਾਂ, ਕਿਉਂਕਿ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਹੀ ਅੱਜ ਅਸੀਂ ਜਿਉਂਦੇ ਹਾਂ। ਯਿਸੂ ਮਸੀਹ ਦੀ ਕਿਰਪਾ ਨਾ ਹੋਵੇ ਤੇ ਪੁਰਾਣੇ ਨਿਯਮ 'ਚ ਦੇਖੋ ਕਿੱਦਾਂ ਲੋਕ ਮਰ ਜਾਂਦੇ ਸੀਗੇ। ਪਰਮੇਸ਼ਵਰ ਦੇ ਵਚਨ ਦੀ ਥੋੜੀ ਜਿਹੀ ਉਲੰਘਣਾ ਨਾਲ ਹੀ ਡੈਥ, ਉਹਦਾ ਰਿਜ਼ਲਟ ਡੈਥ ਸੀਗਾ। ਤੌਬਾ ਨਹੀਂ ਸੀਗੀ, ਮਾਫੀ ਨਹੀਂ ਸੀਗੀ, ਬਹੁਤ ਘੱਟ ਸੀ, ਤਕਰੀਬਨ ਡੈਥ ਹੀ ਹੋਈ ਆ ਜਦੋਂ ਕਿਸੇ ਨੇ ਵਚਨ ਦੀ ਉਲੰਘਣਾ ਕੀਤੀ। ਪਰ ਯਿਸੂ ਮਸੀਹ ਦੇ ਵਸੀਲੇ ਦੇ ਨਾਲ ਅੱਜ ਦਇਆ ਬਹੁਤ ਭਰਪੂਰੀ ਦੇ ਨਾਲ ਉਤਰਦੀ ਆ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ। ਔਰ ਕਹਿੰਦੇ ਬਾਗ ਦਾ ਜਿਹੜਾ ਮਾਲਕ ਆ ਉਹ ਬਾਗ 'ਚ ਫਲ ਲੈਣ ਦੇ ਲਈ ਆਇਆ ਆ, ਪਰ ਉਹਨੂੰ ਮਿਲਿਆ ਕੁਝ ਨਹੀਂ ਆ। ਫਿਰ ਕਹਿੰਦੇ ਬਾਗਬਾਨ ਨੂੰ ਉਹਨੇ ਕਿਹਾ, ਯਾਨੀ ਕਿ ਯਿਸੂ ਮਸੀਹ ਨੂੰ ਕਿਹਾ ਕਿ ਮੈਂ 3 ਸਾਲਾਂ ਤੋਂ ਇਸ ਬਾਗ ਦਾ ਫਲ ਲੈਣ ਦੇ ਲਈ ਆ ਰਿਹਾ, ਪਰ ਮੈਨੂੰ ਮਿਲਦਾ ਕੁਝ ਨਹੀਂ ਆ। ਔਰ ਬਾਈਬਲ ਅੱਗੇ ਕਹਿੰਦਾ ਤੇ ਕਹਿੰਦੇ ਫਿਰ ਜਿਹੜਾ ਬਾਗ ਦਾ ਮਾਲਕ ਸੀਗਾ ਉਹਨੇ ਕਿਹਾ ਇਹਨੂੰ ਵੱਢ ਸੁੱਟ, ਇਸ ਪੇੜ ਨੂੰ ਕੀ ਕਰ, ਵੱਢ ਸੁੱਟ, ਫਿਨਿਸ਼ ਕਰ ਦੇ, ਇਕੱਲੇ ਪੱਤਿਆਂ ਦਾ ਕੋਈ ਲੈਣਾ ਦੇਣਾ ਨਹੀਂ ਆ, ਪੇੜ ਦਾ ਤਣਾ ਕਿੰਨਾ ਮਜ਼ਬੂਤ ਆ, ਉਹਦੀਆਂ ਜੜ੍ਹਾਂ ਕਿੰਨੀਆਂ ਗਹਿਰੀਆਂ ਆ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਕਹਿੰਦੇ ਵੱਢ ਸੁੱਟ ਕਹਿੰਦੇ। ਔਰ ਫਿਰ ਅੱਗੇ ਬਾਈਬਲ ਕਹਿੰਦਾ, ਕਹਿੰਦਾ ਫਿਰ ਲਿਖਿਆ ਕਹਿੰਦੇ ਕਾਹਨੂੰ ਜ਼ਮੀਨ ਵੀ ਇਹਨੇ ਰੋਕ ਛੱਡੀ ਆ, ਇਹਨੇ ਜਿਹੜਾ ਮੇਰਾ ਰਾਜ ਦੇ ਵਿੱਚ ਵਾਧਾ ਹੋਣਾ ਆ ਉਹ ਵੀ ਇਹਨੇ ਰੋਕ ਛੱਡਿਆ ਆ, ਇਹਦੇ ਕਰਕੇ ਜਿਹੜੀ ਅਫਵਾਹ ਬਚਣੀਆਂ ਆ ਇਹਦੇ ਦੁਆਰਾ ਜਿਹੜਾ ਤੱਕ ਮੈਂ ਪ੍ਰਚਾਰ ਲੈ ਕੇ ਜਾਣਾ, ਇਹਨਾਂ ਦੁਆਰਾ ਜਿਹਨਾਂ ਤੱਕ ਮੈਂ ਗਵਾਹੀ ਲੈ ਕੇ ਜਾਣੀ, ਇਹਨਾਂ ਤੱਕ ਮੈਂ ਇਹਦੇ ਦੁਆਰਾ ਜਿਹਨਾਂ ਤੱਕ ਮੈਂ ਵਚਨ ਲੈ ਕੇ ਜਾਣਾ, ਇਹਨੇ ਰੋਕ ਛੱਡਿਆ ਆ। ਜਿੱਦਾਂ ਉਸ 1 ਤੋੜੇ ਵਾਲੇ ਪਰਸਨ ਨੇ ਤੋੜੇ ਨੂੰ ਦਬਾ ਲਿਆ ਸੀਗਾ, ਉਹਨੇ ਵਾਧਾ ਨਹੀਂ ਕੀਤਾ, ਉਹਨੇ ਵਧਾਇਆ ਨਹੀਂ, ਉਹਨੇ ਰੋਕ ਛੱਡਿਆ ਉਹਨੇ ਖੁਦਾਬੰਦ ਦੇ ਰਾਜ ਦੇ ਵਿੱਚ ਵਾਧਾ ਹੋਣ ਤੋਂ। 5 ਵਾਲੇ ਨੇ ਵਧਾਇਆ 10 ਕੀਤਾ, 2 ਵਾਲੇ ਨੇ ਵਧਾਇਆ ਉਹਨੂੰ 4 ਕੀਤੇ ਆ, ਔਰ ਪਰਮੇਸ਼ਵਰ ਨੇ ਬਾਈਬਲ ਕਹਿੰਦਾ ਸ਼ਾਬਾਸ਼ੀ ਦਿੱਤੀ ਉਹਨਾਂ ਲੋਕਾਂ ਨੂੰ, ਔਰ ਜਿਹਨੇ 1 ਨੂੰ ਦਬਾ ਲਿਆ ਉਹਨੂੰ ਦੁਸ਼ਟ ਨੌਕਰ ਆਖਿਆ ਆ ਖੁਦਾਬੰਦ ਨੇ। ਔਰ ਬਾਈਬਲ ਕਹਿੰਦਾ ਆ, ਕਹਿੰਦੇ ਕਾਹਨੂੰ ਕਹਿੰਦੇ ਇਹਨੇ ਜ਼ਮੀਨ ਵੀ ਰੋਕ ਛੱਡੀ ਆ, ਵੱਢ ਸੁੱਟ ਕਹਿੰਦੇ ਉਹਨੂੰ, ਮੈਂ 3 ਸਾਲਾਂ ਤੋਂ ਆ ਰਿਹਾ ਆ ਇਹਦਾ ਫਲ ਲੈਣ ਦੇ ਲਈ, ਪਰ ਮੈਨੂੰ ਮਿਲ ਕੁਝ ਨਹੀਂ ਰਿਹਾ, ਇਹਨੇ ਜਗ੍ਹਾ ਕੀ ਨਹੀਂ ਹੋਈ ਆ। ਔਰ ਫਿਰ ਅੱਗੇ ਉਹ ਬਾਈਬਲ ਕੀ ਕਹਿੰਦਾ, ਕਹਿੰਦੇ ਪਰ ਉਸ ਨੇ ਉਹਨੂੰ ਉੱਤਰ ਦਿੱਤਾ, ਯਾਨੀ ਕਿ ਬਾਗ ਦੇ ਜਿਹੜਾ ਬਾਗਬਾਨ ਸੀਗਾ ਯਾਨੀ ਕਿ ਯਿਸੂ ਮਸੀਹ, ਪਿਤਾ ਪਰਮੇਸ਼ਵਰ ਨੂੰ ਉਹਨੇ ਉੱਤਰ ਦਿੱਤਾ, ਕਹਿੰਦੇ ਉਸਨੇ ਉਹਨੂੰ ਉੱਤਰ ਦਿੱਤਾ, ਸਵਾਮੀ ਜੀ ਇਹਨੂੰ ਐਤਕੀ ਹੋਰ ਵੀ ਰਹਿਣ ਦਿਓ ਜਦ ਤੀਕਰ ਮੈਂ ਇਹਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ, ਸ਼ਾਇਦ ਅੱਗੇ ਨੂੰ ਕਹਿੰਦਾ ਫਲ ਲੱਗੇ, ਨਹੀਂ ਤਾਂ ਇਹਨੂੰ ਕਹਿੰਦਾ ਵੱਢ ਸੁੱਟ। ਬਾਈਬਲ ਸਾਫ ਕਲੀਅਰ ਕਰਦਾ, ਯਿਸੂ ਮਸੀਹ ਤੁਹਾਡੇ ਮੇਰੇ ਲਈ ਸਿਫਾਰਿਸ਼ ਕਰਦਾ, ਬਾਈਬਲ ਕਹਿੰਦਾ ਉਹ ਸਾਡਾ ਸਿਫਾਰਿਸ਼ ਕਰਦਾ ਹੈ, ਉਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਆ। ਅਗਰ ਯਿਸੂ ਮਸੀਹ ਨੇ ਸਾਨੂੰ ਇਦਾਂ ਬੁੱਗਲ ਦੇ ਵਿੱਚ ਨਾ ਲਪੇਟਿਆ ਹੋਵੇ ਜਾਂ ਆਪਣੇ ਲਹੂ ਦੇ ਵਿੱਚ ਸਾਨੂੰ ਕਵਰ ਨਾ ਕੀਤਾ ਹੋਵੇ ਤੇ ਪਿਤਾ ਪਰਮੇਸ਼ਵਰ ਨੂੰ ਪਾਪ ਸਾਡੇ ਡਾਇਰੈਕਟ ਨਜ਼ਰ ਆਉਣ ਤੇ ਸਾਡੀ ਡੈਥ ਹੋ ਜਾਵੇ। ਇਹ ਤਾਂ ਸਿਰਫ ਯਿਸੂ ਮਸੀਹ ਨੇ ਸਾਨੂੰ ਓੜ ਲਿਆ ਆ, ਜਿੱਦਾਂ ਅਸੀਂ ਆਪਣੇ ਕੱਪੜਿਆਂ ਨੂੰ ਓੜਿਆ ਹੋਇਆ ਸਾਡਾ ਬਦਨ ਦਿਖ ਨਹੀਂ ਰਿਹਾ, ਇਸੇ ਤਰੀਕੇ ਦੇ ਨਾਲ ਯਿਸੂ ਮਸੀਹ ਨੇ ਸਾਨੂੰ ਕਵਰ ਕੀਤਾ ਪਿਆ ਕਿ ਪਿਤਾ ਪਰਮੇਸ਼ਵਰ ਦੇਖ ਰਹੇ ਤੇ ਸਾਡੇ ਪਾਪ ਦੇ ਦਾਗ ਜਿਹੜੇ ਨਜ਼ਰ ਨਹੀਂ ਆ ਰਹੇ। ਔਰ ਕਹਿੰਦੇ ਯਿਸੂ ਮਸੀਹ ਨੇ ਫਿਰ ਸਿਫਾਰਿਸ਼ ਕੀਤੀ, ਕਹਿੰਦੇ ਬਾਗ ਦੇ ਮਾਲਕ ਨੂੰ ਕਿਹਾ ਇਹਨੂੰ ਐਤਕੀ ਰਹਿਣ ਦਿਓ, ਮੈਂ ਇਹਦੀ ਗੋਡੀ ਕਰਾਂਗਾ, ਮੈਂ ਇਹਦੇ ਗਿਰਦੇ ਖਾਦ ਪਾਵਾਂਗਾ, ਸ਼ਾਇਦ ਕਹਿੰਦਾ ਆਉਣ ਵਾਲੇ ਟਾਈਮ 'ਚ ਫਲ ਦੇਗਾ, ਵਧੇਗਾ, ਫਲ ਨਜ਼ਰ ਆਉਣਗੇ ਕਹਿੰਦਾ, ਅਗਰ ਨਹੀਂ ਆਏ ਤਾਂ ਕਹਿੰਦਾ ਫਿਰ ਵਢਾ ਸੁੱਟਿਓ, ਕਿਉਂਕਿ ਯਿਸੂ ਮਸੀਹ ਵੀ ਕਾਫੀ ਹੱਦ ਤੱਕ ਸਾਡੀ ਸਿਫਾਰਿਸ਼ ਕਰਦੇ ਆ। ਅਗਰ ਅਸੀਂ ਸੁਧਰਨਾ ਹੀ ਨਹੀਂ ਚਾਹੁੰਦੇ, ਅਗਰ ਅਸੀਂ ਵਧਣਾ ਹੀ ਨਹੀਂ ਚਾਹੁੰਦੇ, ਔਰ ਬਾਈਬਲ ਕਹਿੰਦਾ ਸਿਖਾਉਣ ਵਾਲਾ ਤੇ ਸਿੱਖਣ ਵਾਲਾ ਜਦ ਦੋਨੋਂ ਇੱਕ ਮੰਨਿਆ ਤੇ ਕੰਮ ਫਿਰ ਸਿਰੇ ਚੜ੍ਹਦਾ ਹੈ। ਹੁਣ ਸਿਖਾਉਣ ਵਾਲਾ ਜ਼ੋਰ ਲਗਾਈ ਜਾਵੇ ਔਰ ਸਿੱਖਣ ਵਾਲੇ ਦਾ ਕੋਈ ਜ਼ੋਰ ਹੀ ਨਾ ਹੋਵੇ ਤੇ ਸਿਖਾਉਣ ਵਾਲਾ ਵੀ ਕਾਫੀ ਹੱਦ ਤੱਕ ਉਹ ਸਿਖਾਉਂਦਾ ਪਰ ਉਸ ਤੋਂ ਬਾਅਦ ਉਹ ਪਿੱਛੇ ਹਟ ਜਾਂਦਾ। ਇਸੇ ਤਰੀਕੇ ਦੇ ਨਾਲ ਪਿਤਾ ਪਰਮੇਸ਼ਵਰ ਆ, ਖੁਦਾਵੰਦ ਯਿਸੂ ਮਸੀਹ ਆ, ਉਹ ਜ਼ੋਰ ਲਗਾ ਰਹੇ ਆ ਤੁਹਾਨੂੰ ਵਧਾਉਣ 'ਚ, ਸਮੇਂ ਦਿੱਤਾ ਹੈ ਉਹਨਾਂ ਨੇ। ਯਿਸੂ ਪਿਤਾ ਪਰਮੇਸ਼ਵਰ ਦਾ ਕਹਿੰਦੇ ਵੱਢ ਸੁੱਟ ਕਹਿੰਦੇ, ਤਾਣਾ ਜਿੰਨਾ ਮਰਜ਼ੀ ਮਜ਼ਬੂਤ ਹੈ, ਉਹ ਬੇਸ਼ੱਕ ਧਰਤੀ ਤੋਂ ਪਾਣੀ ਲੈ ਕੇ ਜਿਉਂਦਾ ਆ, ਮਜ਼ਬੂਤ ਹੋ ਰਿਹਾ ਆ, ਸਿਰਫ ਇਕੱਲੇ ਪੱਤਿਆਂ ਦੇ ਨਾਲ ਕੁਝ ਨਹੀਂ ਫਾਇਦਾ ਯਿਸੂ ਮਸੀਹ ਨੂੰ, ਉਹਨੂੰ ਫਲਾਂ ਦੇ ਨਾਲ ਫਾਇਦਾ ਆ। ਔਰ ਕੋਸ਼ਿਸ਼ ਕਰੋ ਕਿ ਆਪਣੇ ਅੰਦਰ ਫਲਾਂ ਨੂੰ ਜ਼ਰਾ ਜ਼ਾਹਿਰ ਕਰੋ। ਮੈਂ ਪਹਿਲਾਂ ਵਚਨ ਜਿਹੜਾ ਪੜ੍ਹਾਇਆ ਯੋਹੰਨਾ 15:7-8, ਉਹਦੇ ਵਿੱਚ ਬਾਈਬਲ ਦੇ ਵਿੱਚ ਜ਼ਿਕਰ ਆ ਗਿਆ, ਕਹਿੰਦੇ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਆ ਕਿ ਤੁਸੀਂ ਬਹੁਤਾ ਫਲ ਲੈ ਕੇ ਆਓ। ਪਿਤਾ ਫਿਰ ਯਿਸੂ ਮਸੀਹ ਨੂੰ ਵੀ ਵਡਿਆਈ ਦਿੰਦੇ, ਕਹਿੰਦੇ ਤੂੰ ਸਹੀ ਪਰਸਨ ਨੂੰ ਚੁਣਿਆ, ਸਹੀ ਪਰਸਨ ਦੇ ਉੱਪਰ ਕਿਰਪਾ ਕੀਤੀ ਆ ਕਿ ਇਹਨੇ ਵਾਧਾ ਕੀਤਾ, ਤੋੜਾ ਦਿੱਤਾ, ਇਹਦੇ ਵਿੱਚ ਵਾਧਾ ਕੀਤਾ, ਜੋ ਪ੍ਰਾਰਥਨਾ ਦਾ ਬੋਝ ਹੈ ਬਿਮਾਰਾਂ ਦੇ ਲਈ, ਬਿਮਾਰਾਂ ਦੇ ਲਈ ਪ੍ਰਾਰਥਨਾ ਨੂੰ ਵਧਾਇਆ ਆ, ਵਚਨ ਦਾ ਬੋਝ ਦਿੱਤਾ ਆ, ਵਚਨ ਦੇ ਭੇਦਾਂ ਨੂੰ ਖੋਲਣ ਦਾ ਬੋਝ ਦਿੱਤਾ ਆ। ਵਚਨ ਦੇ ਭੇਦ ਇੱਦਾਂ ਨਹੀਂ ਖੋਲਦੇ ਕਿ 2 ਚੈਪਟਰ ਪੜ੍ਹ ਲਏ, 3 ਚੈਪਟਰ ਪੜ੍ਹ ਲਏ, ਨਾ, ਜਦੋਂ ਗਹਿਰਾਈ ਦੇ ਵਿੱਚ ਜਾਵਾਂਗੇ, ਜ਼ਿਆਦਾ ਡੀਪਲੀ ਪੜ੍ਹਾਂਗੇ, 2-2-3-3 ਕਿਤਾਬਾਂ ਜਾਂ 1-1 ਬੁੱਕਸ ਅਸੀਂ 1 ਦਿਨ ਦੇ ਵਿੱਚ ਪੜ੍ਹਾਂਗੇ ਜਾਂ ਕੁਝ ਘੰਟਿਆਂ 'ਚ ਪੜ੍ਹਾਂਗੇ, ਫਿਰ ਕੁਝ ਲੱਭਣਾ ਹੈ। ਮਿਹਨਤ ਫਲ ਲੈ ਕੇ ਆਉਂਦੀ ਆ। ਔਰ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ, ਇਕੱਲੇ ਪੱਤਿਆਂ ਦੇ ਨਾਲ, ਇਕੱਲਾ ਕ੍ਰਿਸਚਨ ਨਾਮ ਲੱਗ ਗਿਆ ਤੁਹਾਡੇ ਨਾਲ
ਤੇ ਉਹਦਾ ਕੋਈ ਫਾਇਦਾ ਨਹੀਂ, ਤੁਸੀਂ ਸਵਰਗ ਨਹੀਂ ਜਾਣਾ। ਅਗਰ ਤੁਹਾਡਾ ਨਾਮ ਸੈਮਸਨ ਆ ਜਾਂ ਸਮਸੂਨ ਆ ਜਾਂ ਡੇਵਿਡ ਆ, ਦਾਊਦ ਆ, ਇਬਰਾਹਿਮ ਆ, ਤੇ ਇਹਦੇ ਨਾਲ ਤੁਸੀਂ ਸਵਰਗ ਨਹੀਂ ਚਲੇ ਜਾਣਾ। ਕਈਆਂ ਦੇ ਨਾਮ ਬਹੁਤ ਅੱਛੇ ਆ ਬਾਈਬਲ ਦੇ ਵਿੱਚ, ਨਾਮ ਰੱਖਦੇ ਆ, ਲੇਕਿਨ ਉਹਦੀ ਪਰਵਰਿਸ਼ ਬੱਚੇ ਦੀ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਵਰਗ ਦੇ ਵਿੱਚ ਚਲੇ ਜਾਏਗਾ। ਨਹੀਂ, ਫਲ ਨਜ਼ਰ ਆਉਣੇ ਚਾਹੀਦੇ, ਤਾਂ ਸ਼ਾਬਾਸ਼ੀ ਮਿਲਣੀ। ਅਗਰ ਸ਼ਾਬਾਸ਼ੀ ਨਹੀਂ ਲੈਣੀ ਆ ਤੇ ਸ਼ਾਬਾਸ਼ੀ ਨਹੀਂ ਮਿਲਣੀ ਆ, ਕਾਰਨ ਉਹਦਾ ਇਹੋ ਹੀ ਆ ਕਿ ਅਸੀਂ ਜਦੋਂ ਫਲ ਨਹੀਂ ਨਜ਼ਰ ਆਉਣਗੇ ਸਾਡੇ ਅੰਦਰੋਂ। ਕਹਿੰਦੇ ਯਿਸੂ ਮਸੀਹ ਨੂੰ ਭੁੱਖ ਲੱਗੀ, ਉਹ ਹੰਜੀਰ ਦੇ ਬ੍ਰਿਕਸ਼ ਦੇ ਕੋਲ ਗਿਆ। ਕੋਲ ਕਿਉਂ ਗਿਆ ਉਹ? ਕਿਉਂਕਿ ਪੱਤਿਆਂ ਦੇ ਨਾਲ ਭਰਿਆ ਸੀ, ਲੱਗ ਰਿਹਾ ਸੀਗਾ ਕਿ ਇੱਥੇ ਫਲ ਲੱਗੇ ਹੋਏ। ਏਦਾਂ ਹੀ ਅਸੀਂ ਜਦੋਂ ਧਾਰਮਿਕ ਬੰਦੇ ਨੂੰ ਦੇਖਦੇ ਜਿਹੜਾ ਬਹੁਤ ਦਿਖਾਵੇ ਵਾਲਾ ਕਰ ਰਿਹਾ, ਬਹੁਤ ਉਛਲਦਾ ਕੁੱਦਦਾ ਆ, ਹਿਲਾ ਰਿਹਾ ਆਪਣੇ ਆਪ ਨੂੰ, ਵਰਸ਼ਿਪ ਦੇ ਵਿੱਚ ਨੱਚ ਰਿਹਾ ਕੁੱਦ ਰਿਹਾ, ਸਾਨੂੰ ਲੱਗਦਾ ਕਿ ਬਹੁਤ ਧਰਮੀ ਆ, ਉਹਦੇ ਕਲੋਜ਼ ਜਾ ਕੇ ਦੇਖੋ, ਉਹਦੇ ਨਾਲ ਥੋੜਾ ਸਮੇਂ ਬਿਤਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗਣਾ ਹੈ ਕਿ ਇਹਦੇ ਅੰਦਰ ਫਲ ਨਜ਼ਰ ਹੈਗੇ, ਆਉਂਦੇ ਵੀ ਆ ਕਿ ਨਹੀਂ ਆ ਰਹੇ। ਇੱਕ ਸਿਰਫ ਦਿਖਾਵੇ ਦਾ ਕ੍ਰਿਸਚਨ ਦਾ ਨਹੀਂ। ਬੋਲੋ ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਇਸ ਕਲਾਮ ਨੂੰ ਸੁਣਨਾ, ਸਮਝਣਾ ਔਰ ਇਹਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਕੇ ਰੱਖਣਾ, ਦੁਆ ਦੇ ਵਿੱਚ ਜ਼ਰੂਰ ਮੰਗਣਾ ਆ। ਬਾਈਬਲ ਕਹਿੰਦਾ ਤੁਹਾਡੀਆਂ ਗੱਲਾਂ ਮੇਰੇ 'ਚ ਰਹਿਣ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਅਤੇ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਕਹਿੰਦੇ ਅਗਰ ਤੁਸੀਂ ਖੜੋ ਕੇ ਪ੍ਰਾਰਥਨਾ ਕਰੋ, ਮਤਲਬ ਉੱਪਰ ਨੀਚੇ ਹੋ ਕੇ ਨਹੀਂ, ਸਟੇਬਲ ਹੋ ਕੇ, ਸਰਗਰਮ ਹੋ ਕੇ, ਕਹਿੰਦੇ ਜੋ ਕੁਝ ਤੁਸੀਂ ਖੜੋ ਕੇ ਪ੍ਰਾਰਥਨਾ ਕਰਕੇ ਮੰਗੋਗੇ, ਮੈਂ ਸੋਈ ਤੁਹਾਡੇ ਲਈ ਕਰ ਦੇਵਾਂਗਾ, ਮੈਂ ਸੋਈ ਤੁਹਾਡੇ ਲਈ ਕਰ ਦੇਵਾਂਗਾ, ਹੋ ਜਾਏਗਾ ਤੁਹਾਡੇ ਲਈ ਸਭ ਕੁਝ ਜੋ ਤੁਸੀਂ ਮੰਗੋਗੇ ਖੁਦਾ ਦੇ ਕੋਲ। ਪਰ ਖੜੋ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ, ਡਿੱਗ ਕੇ ਖੜ ਕੇ ਨਹੀਂ। ਮੈਂ ਬਾਈਬਲ 'ਚੋਂ ਤੁਹਾਨੂੰ ਸਾਬਿਤ ਕਰਦਾ ਹਾਂ, ਮੈਂ ਇੱਕ ਰੈਫਰੈਂਸ ਦਿੰਦਾ ਹਾਂ ਅਗਰ ਮੈਨੂੰ ਮਿਲ ਜਾਂਦਾ ਆ ਤਾਂ। ਹਾਂਜੀ, ਮਰਕੁਸ ਦੀ ਅੰਜੀਲ ਉਹਦਾ 11 ਨੰਬਰ ਅਧਿਆਏ ਔਰ ਉਹਦਾ 25 ਨੰਬਰ ਪੰਕਤੀ 'ਚ ਲਿਖਿਆ, ਕਹਿੰਦੇ ਜਦ ਕਦੇ ਤੁਸੀਂ ਖੜੋ ਕੇ ਪ੍ਰਾਰਥਨਾ ਕਰਦੇ ਹੋ ਤਾਂ ਜੇ ਤੁਹਾਡਾ ਕਿਸੇ ਨਾਲ ਵਿਰੋਧ ਆ ਤਾਂ ਉਹਨੂੰ ਮਾਫ਼ ਕਰੋ, ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ਼ ਕਰੇ। ਅਗਰ ਅਸੀਂ ਖੜੋ ਕੇ ਪ੍ਰਾਰਥਨਾ ਕਰਾਂਗੇ, ਖਲੋ ਕੇ ਪ੍ਰਾਰਥਨਾ ਉਹੀ ਕਰਦਾ ਜਿਹੜਾ ਆਤਮਕ ਆ, ਜਿਹਦੇ ਅੰਦਰ ਫਲ ਨਜ਼ਰ ਆ ਰਹੇ ਆ, ਔਰ ਉਹੀ ਬੰਦਾ ਮਾਫ਼ ਕਰ ਸਕਦਾ ਆਪਣੇ ਵੈਰੀਆਂ ਨੂੰ, ਇਸ ਕਰਕੇ ਤਾਂ ਜੋ ਉਹਦੇ ਵੀ ਅਪਰਾਧ ਮਿਟਾਏ ਜਾਣ, ਉਹਦੇ ਵੀ ਅਪਰਾਧ ਮਾਫ਼। ਖੜੋ ਕੇ ਪ੍ਰਾਰਥਨਾ, ਡਿੱਗ ਕੇ ਖੜ ਕੇ ਨਹੀਂ ਕਿ ਅੱਜ ਡਿੱਗ ਗਏ ਹਾਂ, ਕੱਲ੍ਹ ਖੜ ਗਏ ਹਾਂ, ਪਰਸੋਂ ਫਿਰ ਖੜ ਗਏ ਹਾਂ, ਚੌਥ ਫਿਰ ਡਿੱਗ ਗਏ, ਨਹੀਂ। ਸਰਗਰਮ ਰਹੋ ਮਸੀਹ ਦੇ ਵਿੱਚ, ਜ਼ਿਆਦਾ ਜੋਸ਼ ਦੇ ਵਿੱਚ ਨਾ ਆਓ, ਕਿਉਂਕਿ ਮਸੀਹ ਦਾ ਕੰਮ ਜੋਸ਼ ਦੇ ਵਿੱਚ ਹੋ ਕੇ ਨਹੀਂ ਆ, ਹੋਸ਼ ਦੇ ਵਿੱਚ ਹੋ ਕੇ ਅਸੀਂ ਮਸੀਹ ਦਾ ਕੰਮ ਕਰ ਸਕਦੇ ਹਾਂ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ, ਬਹੁਤ ਆਸ਼ੀਸ਼ ਦੇਵੇ। ਤੁਸੀਂ ਕਲਾਮ ਨੂੰ ਸੁਣਿਆ, ਸਮਝਿਆ ਆ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕੀਤਾ ਆ। ਮੈਂ ਆਖਿਰ ਦੇ ਵਿੱਚ ਫਿਰ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ ਹਾਂ ਕਿ ਆਪਣੇ ਸਰੀਰ ਦੀ ਕੇਅਰ ਤੁਸੀਂ ਖੁਦ ਕਰੋ, ਕਿਉਂਕਿ ਇਹ ਖੁਦਾ ਦਾ ਮੰਦਰ ਆ, ਇਹ ਖੁਦਾ ਦਾ ਮੰਦਰ ਆ। ਬਾਈਬਲ ਕਹਿੰਦਾ ਇਹਨੂੰ ਡਾਕੂਆਂ ਦੀ ਖੋਹ ਨਾ ਬਣਾਓ, ਇਹਨੂੰ ਸ਼ੈਤਾਨ ਦਾ ਅੱਡਾ ਨਾ ਬਣਾਓ ਕਹਿੰਦੇ। ਔਰ ਬਾਈਬਲ ਦੇ ਵਿੱਚ ਜ਼ਿਕਰ ਆ ਗਿਆ, ਕਹਿੰਦੇ ਯਿਸੂ ਮਸੀਹ ਜਦੋਂ ਆਰਾਧਨਾਲਿਆਂ ਦੇ ਵਿੱਚ ਗਿਆ ਤਾਂ ਲੋਕਾਂ ਨੂੰ ਕਬੂਤਰ ਵੇਚਦੇ, ਵਪਾਰ ਕਰਦੇ ਦੇਖਿਆ ਤੇ ਕਹਿੰਦੇ ਗੁੱਸੇ 'ਚ ਆ ਗਿਆ। ਇੱਦਾਂ ਸਾਡੇ ਅੰਦਰ ਆ, ਅਗਰ ਇੱਥੋਂ ਸ਼ੈਤਾਨ ਦਾ ਵਪਾਰ ਹੋ ਰਿਹਾ ਆ, ਸ਼ੈਤਾਨ ਦੇ ਕੰਮਾਂ 'ਚ ਵਾਧਾ ਹੋ ਰਿਹਾ, ਤੇ ਯਿਸੂ ਮਸੀਹ ਨੇ ਜਦੋਂ ਫਲ ਲੈਣ ਦੇ ਲਈ ਆਉਣਾ, ਜਦੋਂ ਦੇਖਣਾ ਉਹਨੇ ਕਿ ਇੱਥੋਂ ਵਪਾਰ ਹੋ ਰਿਹਾ, ਵਪਾਰ ਦੀ ਮੰਡੀ ਆ, ਤੇ ਬਾਈਬਲ ਕਹਿੰਦਾ ਯਿਸੂ ਮਸੀਹ ਨੇ ਕਿਹਾ ਮੇਰੇ ਪਿਤਾ ਦਾ ਘਰ ਆ, ਪ੍ਰਾਰਥਨਾ ਦਾ ਘਰ ਹੋਣਾ ਚਾਹੀਦਾ, ਇਹ ਡਾਕੂਆਂ ਦੀ ਮੰਡੀ ਨਹੀਂ ਹੋਣਾ ਚਾਹੀਦਾ, ਡਾਕੂਆਂ ਦੀ ਖੋਹ ਨਹੀਂ ਬਣਾਉਣਾ ਕਹਿੰਦੇ ਇਹਨੂੰ। ਤੇ ਬਾਈਬਲ ਕਹਿੰਦਾ ਯਿਸੂ ਮਸੀਹ ਨੇ ਰੱਸੀ ਲੈ ਕੇ ਉਹਦਾ ਕੋਰਡਾ ਬਣਾ ਕੇ ਤੇ ਲੋਕਾਂ ਨੂੰ ਮਾਰ ਮਾਰ ਕੇ ਭਜਾਇਆ ਹੈਕਲ ਦੇ ਵਿੱਚੋਂ। ਅੱਜ ਵੀ ਉਹ ਤੁਹਾਡੇ ਅੰਦਰੋਂ ਬਿਮਾਰੀਆਂ ਨੂੰ ਕੱਢ ਸਕਦਾ, ਅੱਜ ਵੀ ਉਹ ਸ਼ੈਤਾਨ ਦੇ ਅੰਗ ਜਿਹੜੇ ਤੁਹਾਡੀ ਜ਼ਿੰਦਗੀ 'ਚ ਪਾਏ ਜਾਂਦੇ ਉਹਨਾਂ ਨੂੰ ਬਾਹਰ ਕੱਢ ਸਕਦਾ, ਕੋਰਡਾ ਬਣਾ ਕੇ ਉਹ ਮਾਰ ਸਕਦਾ ਹੈ ਸ਼ੈਤਾਨ ਨੂੰ। ਪਰ ਬਾਈਬਲ ਕਹਿੰਦਾ ਤੁਹਾਡੀਆਂ ਗੱਲਾਂ ਮੇਰੇ 'ਚ ਤੇ ਮੇਰੀਆਂ ਗੱਲਾਂ ਤੁਹਾਡੇ 'ਚ ਰਹਿਣ, ਤੇ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਅੱਜ ਇਹੀ ਗੱਲਾਂ ਮੰਗਣ ਦੀ ਜ਼ਰੂਰਤ ਆ। ਕੋਈ ਵਿਚਾਰ ਨਹੀਂ ਛੱਡ ਪਾ ਰਿਹਾ, ਕੋਈ ਝੂਠ ਬੋਲਣਾ ਨਹੀਂ ਛੱਡ ਪਾ ਰਿਹਾ, ਕੋਈ ਬੁਰਾ ਦੇਖਣ ਦੀ ਆਦਤ ਜਿਹੜੀ ਲੱਤ ਲੱਗੀ ਪਈ ਆ ਉਹ ਤੋਂ ਛੁਟਕਾਰਾ ਨਹੀਂ ਪਾ ਰਿਹਾ। ਕਾਰਨ ਇਹੋ ਹੀ ਆ ਕਿ ਅਸੀਂ ਮੰਗ ਨਹੀਂ ਰਹੇ, ਸਾਨੂੰ ਮੰਗਣਾ ਨਹੀਂ ਆਉਂਦਾ। ਬਾਈਬਲ ਕਿੱਦਾਂ ਮੰਗਣ ਲਈ ਕਹਿੰਦਾ? ਕਹਿੰਦਾ ਤੁਸੀਂ ਮੇਰੇ 'ਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ 'ਚ ਰਹਿਣ, ਤੇ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਇਹਨੂੰ ਡਾਕੂਆਂ ਦੀ ਖੋਹ ਨਹੀਂ ਬਣਾਉਣਾ, ਇਹਦੀ ਕੇਅਰ ਕਰਨੀ ਹੈ। ਜੇ ਮੈਡੀਕਲ ਐਸੋਸੀਏਸ਼ਨ ਸਾਨੂੰ ਵਾਰ ਵਾਰ ਹੈਂਡ ਵਾਸ਼ ਕਰਨ ਦੇ ਲਈ ਕਹਿ ਰਿਹਾ ਆ, ਸੈਨੇਟਾਈਜ਼ਰ ਯੂਜ਼ ਕਰਨ ਦੇ ਲਈ ਕਹਿ ਰਿਹਾ ਆ, ਸਾਨੂੰ ਅਪਲਾਈ ਕਰਨਾ ਚਾਹੀਦਾ। ਤੁਹਾਡੇ ਮੇਰੇ ਭਲੇ ਲਈ ਆ, ਉਹਨਾਂ ਦਾ ਕੋਈ ਬਿਜ਼ਨਸ ਨਹੀਂ ਆ ਜਿਹੜਾ ਉਹ ਵਧਾ ਰਹੇ ਆ, ਤੁਹਾਡੇ ਮੇਰੇ ਭਲੇ ਦੇ ਲਈ ਆ ਕਿ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ, ਇਸ ਸ਼ਰਾਬ ਨੂੰ ਰੋਕਿਆ ਜਾ ਸਕੇ। ਔਰ ਮੈਂ ਤਾਂ ਇਹੀ ਗੱਲ ਦਾ ਵਿਸ਼ਵਾਸ ਕਰਦਾ ਹਾਂ ਕਿ ਇਹ ਖੁਦਾਵੰਦ ਦੀ ਮਰਜ਼ੀ ਦੇ ਨਾਲ ਸਭ ਕੁਝ ਹੋ ਰਿਹਾ ਹੈ, ਕਿਉਂਕਿ ਜੇ ਇੱਦਾਂ ਨਾ ਹੋਵੇ ਤਾਂ ਯਿਸੂ ਮਸੀਹ ਦਾ ਆਉਣਾ ਕਿੱਦਾਂ ਹੋਊਗਾ? ਇਹ ਗੱਲਾਂ ਤਾਂ ਹੋਣਾ ਬਹੁਤ ਜ਼ਰੂਰੀ ਆ, ਔਰ ਇਹ ਗੱਲਾਂ ਹੋ ਰਹੀਆਂ ਆ, ਔਰ ਆਤਮਕ ਲੋਕ ਬਹੁਤ ਖੁਸ਼ੀ ਵੀ ਮਨਾਉਂਦੇ ਹੋਣੇ ਆ ਕਿ ਸਾਡਾ ਯਿਸੂ ਜਿਹੜਾ ਬੱਦਲਾਂ ਦੇ ਉੱਤੇ ਸਾਨੂੰ ਬਹੁਤ ਜਲਦ ਲੈਣ ਆ ਗਿਆ। ਇਹ ਸਮਾਂ ਆ ਤੁਹਾਡੇ ਮੇਰੇ ਕੋਲ, ਅੱਜ ਹੀ ਤੌਬਾ ਕਰੀਏ, ਅੱਜ ਹੀ ਫਲਾਂ ਨੂੰ ਬਾਹਰ ਕੱਢੀਏ ਆਪਣੇ ਅੰਦਰ, ਉਹਨੂੰ ਦਬਾਈਏ ਨਾ। ਜੇ ਦਬਾ ਲਿਆ ਤੋੜਾ ਤੇ ਬਾਈਬਲ ਉਹਨੂੰ ਦੁਸ਼ਟ ਨੌਕਰ ਕਹਿੰਦਾ ਆ, ਉਸ ਤੋੜੇ ਨੂੰ ਦਬਾਈਏ ਨਾ, ਫਲਾਂ ਨੂੰ ਦਬਾਈਏ ਨਾ, ਬਾਹਰ ਕੱਢੀਏ। ਕਹਿੰਦੇ ਮਨੁੱਖ ਦੇ ਜੋ ਅੰਦਰ ਆ ਉਹ ਵੀ ਬਾਹਰ ਆਉਣਾ ਆ।
ਤੁਹਾਡੇ ਅੰਦਰ ਫਾਲਿਆ ਪਵਿੱਤਰ ਆਤਮਾ ਦੇ, ਕੱਢੋ ਬਾਹਰ ਉਹਨੂੰ, ਦਿਖਾਓ ਬਾਹਰ ਉਹਨੂੰ, ਲੋਕਾਂ ਨੂੰ ਦਿਖਾਓ, ਸਾਬਿਤ ਕਰੋ ਕਿ ਯਿਸੂ ਮਸੀਹ ਨੇ ਮੇਰਾ ਜੀਵਨ ਬਦਲਿਆ ਆ। ਔਰ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਮੈਂ ਤੁਹਾਡੇ ਲਈ ਬਰਕਤ ਦੀ ਦੁਆ ਮੰਗਦਾ। ਸੱਚਾ ਸਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਇਸ ਮੁਬਾਰਕ ਸਮੇਂ ਦੇ ਲਈ ਜੋ ਸਾਡੇ ਸਾਰੇ ਦੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ। ਔਨਲਾਈਨ ਵਿਊਵਰਸ ਦੇ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ, ਬੜੀ ਆਸ਼ੀਸ਼ ਔਰ ਬੜੀ ਬਰਕਤ ਦਿਓ ਖੁਦਾਵੰਦ ਜੀ। ਹਰ ਪੱਖੋਂ ਸੰਭਾਲ ਕੇ ਰੱਖੋ ਖੁਦਾਵੰਦ ਜੀ, ਜੋ ਕਿ ਬਿਮਾਰ ਲਾਚਾਰ ਦੁਖੀ ਤਕਲੀਫ ਆ ਉਹ ਯਿਸੂ ਮਸੀਹ ਦੇ ਨਾਮ 'ਚ ਛੁਟਕਾਰਾ ਪਾਏ, ਫ੍ਰੀ ਹੋ ਜਾਏ, ਆਜ਼ਾਦ ਹੋ ਜਾਏ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਮੇਰੇ ਪ੍ਰਭੂ ਜੀ। ਔਰ ਇਸੇ ਪ੍ਰਾਰਥਨਾ ਦੇ ਦੌਰਾਨ ਉਹ ਸ਼ਿਫਾ ਪਾਵੇ ਪ੍ਰਭੂ, ਤੰਦਰੁਸਤੀ ਪ੍ਰਾਪਤ ਕਰੇ ਮੇਰੇ ਖੁਦਾਵਾ ਜੀ, ਔਰ ਜੋ ਆਤਮਾ 'ਚ ਕਮਜ਼ੋਰੀਆਂ ਮਜ਼ਬੂਤ ਹੋਣ ਮੇਰੇ ਪ੍ਰਭੂ ਜੀ। ਔਰ ਅੱਜ ਦਾ ਵਚਨ ਸਾਡੇ ਦਿਲਾਂ ਦੇ ਵਿੱਚ ਵਾਸ ਕਰੇ, ਔਰ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਵਚਨ ਦਾ ਬੀਜ ਡਿੱਗੇ ਤੇ ਫਲੇ, ਵਧੇ ਔਰ ਸੋਗਣਾ ਫਲਦਾਇਕ ਹੋਵੇ ਮੇਰੇ ਪ੍ਰਭੂ ਜੀ। ਔਰ ਬਾਈਬਲ ਸਾਬਿਤ ਕਰਦਾ, ਕਹਿੰਦੇ ਤੁਸੀਂ ਆਖ ਦਿੱਤਾ ਕਿ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਆ ਕਿ ਤੁਸੀਂ ਬਹੁਤਾ ਫਲ ਦਿਓ। ਪ੍ਰਭੂ ਅਸੀਂ ਬਹੁਤੀਆਂ ਰੂਹਾਂ ਨੂੰ ਤੁਹਾਡੇ ਬਾੜੇ 'ਚ ਲਿਆ ਸਕੀਏ ਖੁਦਾਵੰਦ, ਔਰ ਤੁਹਾਡੀਆਂ ਭੇਡਾਂ ਜਿਹੜੀਆਂ ਖਿਲਰੀਆਂ ਫਿਰਦੀਆਂ ਆ ਖੁਦਾਵੰਦ, ਇੱਧਰ ਉੱਧਰ ਭਟਕੀਆਂ ਫਿਰਦੀਆਂ ਪ੍ਰਭੂ ਜੀ, ਉਹਨਾਂ ਨੂੰ ਅਸੀਂ ਤੁਹਾਡੇ ਨਜ਼ਦੀਕ ਲਿਆ ਸਕੀਏ, ਵਚਨ ਦੇ ਗਿਆਨ ਦੇ ਨਾਲ ਉਹਨਾਂ ਨੂੰ ਭਰ ਸਕੀਏ ਖੁਦਾਵੰਦ ਜੀ, ਔਰ ਤੁਹਾਡੀਆਂ ਗੱਲਾਂ ਦੇ ਬਾਰੇ ਉਹਨਾਂ ਨੂੰ ਜਾਣੂ ਕਰਵਾ ਸਕੀਏ ਮੇਰੇ ਪ੍ਰਭੂ ਜੀ। ਅਸੀਂ ਧੰਨਵਾਦ ਕਰਦੇ ਹਾਂ ਖੁਦਾਵਨ, ਸੁਣਨ ਵਾਲੇ ਕੰਨ ਦਿਓ, ਜਮਾ ਕਰਨ ਵਾਲਾ ਹਿਰਦੇ ਦਿਓ, ਅਧੀਨਗੀ ਵਾਲਾ ਜੀਵਨ ਦਿਓ, ਆਗਿਆਕਾਰੀ ਵਾਲਾ ਜੀਵਨ ਦਿਓ ਪ੍ਰਭੂ ਜੀ। ਔਰ ਇਸ ਜੋ ਮਹਾਮਾਰੀ ਮੇਰੇ ਖੁਦਾਵਨ ਧਰਤੀ ਦੇ ਉੱਪਰ ਆਈ ਹੈ ਮੇਰੇ ਪ੍ਰਭੂ, ਇਸ ਤੋਂ ਖੁਦਾਵਨ ਆਪਣੇ ਵਿਸ਼ਵਾਸੀ ਲੋਕਾਂ ਨੂੰ ਬਚਾ ਕੇ ਰੱਖੋ ਖੁਦਾਵਨ ਜੀ, ਔਰ ਸੰਭਾਲ ਕੇ ਰੱਖੋ। ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਲਹੂ 'ਚ ਕਬਰ ਕਰਦੇ ਹਾਂ ਖੁਦਾਵਨ, ਸੰਭਾਲੋ, ਵਧਾਓ ਪ੍ਰਭੂ, ਆਪਣੇ ਨਜ਼ਦੀਕ ਲੈ ਜਾਓ, ਔਰ ਆਪਣੀ ਆਗਮਨ ਦੇ ਲਈ ਸਾਨੂੰ ਤਿਆਰ ਕਰੋ ਪ੍ਰਭੂ। ਆ ਸਾਡਾ ਜਿਹੜਾ ਬਾਡੀ ਹੈ ਖੁਦਾਵੰਦ, ਤੁਹਾਡਾ ਮੰਦਰ ਆ, ਇਸ ਮੰਦਰ ਦੇ ਅੰਦਰ ਮਸ਼ਾਲਾ ਜਗਦੀਆਂ ਰਹਿਣ ਖੁਦਾਵੰਦ ਜੀ। ਜਦ ਅਸੀਂ 10 ਕੁਵਾਰੀਆਂ ਦਾ ਜ਼ਿਕਰ ਪੜ੍ਹਦੇ ਹਾਂ ਬਾਈਬਲ ਦੇ ਵਿੱਚ, ਤੇ ਬਾਈਬਲ ਸਾਬਿਤ ਕਰਦਾ ਆ ਕਿ ਜਿਹਨਾਂ ਦੀਆਂ ਮਸ਼ਾਲਾ ਜਗਦੀਆਂ ਸੀਗੀਆਂ, ਜਿਹਨਾਂ ਦੇ ਕੋਲ ਤੇਲ ਜ਼ਿਆਦਾ ਸੀਗਾ, ਉਹੀ ਸਵਰਗ ਦੇ ਵਿੱਚ ਗਈਆਂ, ਉਹੀ ਲਾੜੇ ਦੇ ਨਾਲ ਵਿਆਹ ਵਾਲੇ ਘਰ ਦੇ ਵਿੱਚ ਵੜੀਆਂ, ਮਗਰੋਂ ਬੂਹਾ ਬੰਦ ਹੋ ਗਿਆ। ਮੇਰੇ ਪਰਮੇਸ਼ਵਰ, ਸਾਡਾ ਵੀ ਮਸਾ ਕੀਤਾ ਹੋਇਆ ਤੇਲ ਜਿਹੜਾ ਸਾਡੇ ਉੱਪਰ ਆ, ਜਿਹੜਾ ਅਸੀਂ ਪ੍ਰਾਰਥਨਾਵਾਂ ਦੇ ਨਾਲ ਉਹਨੂੰ ਵਧਾ ਰਹੇ ਹਾਂ, ਬਾਈਬਲ ਪੜ੍ਹਨ ਦੇ ਨਾਲ ਉਹਨੂੰ ਵਧਾ ਰਹੇ ਹਾਂ, ਧਾਰਮਿਕ ਲੋਕਾਂ ਦੇ ਨਾਲ ਸੰਗਤੀ ਕਰਕੇ ਉਸ ਤੇਲ ਨੂੰ ਵਧਾ ਰਹੇ ਹਾਂ ਮੇਰੇ ਪ੍ਰਭੂ ਜੀ। ਉਹ ਸਾਡੀ ਅਗਵਾਈ ਕਰੇ, ਸਾਨੂੰ ਸਹਾਇਤਾ ਕਰੇ ਪ੍ਰਭੂ ਜੀ, ਔਰ ਸਾਨੂੰ ਸੰਭਾਲ ਕੇ ਰੱਖੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਪ੍ਰਾਰਥਨਾ ਤੁਸੀਂ ਸੁਣ ਲਿਆ, ਤੁਹਾਡਾ ਧੰਨਵਾਦ ਪਿਤਾ ਯਿਸੂ ਨਾਸਰੀ ਦੇ ਜ਼ਿੰਦਾ ਨਾਮ 'ਚ ਹੋ ਕੇ ਮੰਗਦੇ ਹਾਂ, ਆਮੀਨ। ਮੇ ਗੋਡ ਬਲੈਸ, ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ ਔਰ ਵੱਡੀ ਬਰਕਤ ਦੇਵੇ। ਇਸ ਵਚਨ ਦੇ ਉੱਪਰ ਗੌਰ ਕਰਨਾ, ਸਮਝਣਾ, ਸਿੱਖਣਾ ਇਹਦੇ ਵਿੱਚੋਂ ਕਿ ਯਿਸੂ ਮਸੀਹ ਨੂੰ, ਮੈਂ ਫਿਰ ਇੱਕ ਛੋਟਾ ਜਿਹਾ ਗੱਲ ਦੱਸ ਕੇ ਤੇ ਕਲੋਜ਼ ਕਰਦੇ ਹਾਂ, ਯਿਸੂ ਮਸੀਹ ਨੂੰ ਮੋਟੇ ਤਣੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਿਤਾ ਪਰਮੇਸ਼ਵਰ ਨੂੰ ਮੋਟੇ ਤਣੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਕਿ ਤੁਸੀਂ ਆਪਣੇ ਆਪ ਨੂੰ ਜਿਮ ਜਾ ਕੇ ਆਪਣੀ ਬਾਡੀ ਨੂੰ ਫਿੱਟ ਰੱਖਿਆ ਹੋਇਆ, ਯਿਸੂ ਮਸੀਹ ਨੂੰ ਕੋਈ ਲੈਣਾ ਦੇਣਾ ਨਹੀਂ, ਕੋਈ ਲੈਣਾ ਦੇਣਾ ਨਹੀਂ, ਜਦ ਤੱਕ ਤੁਹਾਡੇ ਅੰਦਰ ਪਾਕ ਰੂਹ ਦੇ ਫਲ ਨਹੀਂ ਨਜ਼ਰ ਆਣਗੇ, ਜਦ ਤੱਕ ਪਵਿੱਤਰ ਆਤਮਾ ਦੇ ਵਰਦਾਨ ਨਜ਼ਰ ਨਹੀਂ ਆਣਗੇ, ਉਸ ਮੋਟੇ ਤਣੇ ਦਾ ਕੋਈ ਫਾਇਦਾ ਨਹੀਂ ਆ। ਬੇਸ਼ੱਕ ਉਹ ਪੇੜ ਨਦੀ ਦੇ ਕਿਨਾਰੇ ਦੇ ਉੱਪਰ ਲੰਘਾ ਪਿਆ ਆ, ਔਰ ਜ਼ਮੀਨ ਚੋਂ ਪਾਣੀ ਲੈ ਰਿਹਾ, ਉਹ ਸੁੱਕਦਾ ਨਹੀਂ, ਉਹਦੇ ਪੱਤੇ ਹਰੇ ਰਹਿੰਦੇ ਆ, ਪਰ ਜਦ ਤੱਕ ਉਹ ਫਲ ਨਹੀਂ ਦੇ ਰਿਹਾ, ਯਿਸੂ ਮਸੀਹ ਨੂੰ ਪਿਤਾ ਪਰਮੇਸ਼ਵਰ ਦਾ ਕੋਈ ਵੀ ਫਾਇਦਾ ਨਹੀਂ ਹੈ। ਔਰ ਬਾਈਬਲ 'ਚ ਮੈਂ ਤੁਹਾਨੂੰ ਸਾਬਿਤ ਕਰਦਾ, ਪਿਤਾ ਪਰਮੇਸ਼ਵਰ ਨੇ ਕਹਿ ਦਿੱਤਾ ਆ, ਇਹ ਜ਼ਮੀਨ ਘੇਰ ਕੇ ਰੱਖੀ ਹੋਈ ਆ, ਸਮੇਂ ਨੂੰ ਬੰਨ੍ਹ ਕੇ ਰੱਖਿਆ ਪਿਆ ਇਸ ਪਰਸਨ ਨੇ ਜਿਹਦੇ ਉੱਪਰ ਕਿਰਪਾ ਕੀਤੀ ਆ, ਔਰ ਉਹਨੇ ਕਿਰਪਾ ਨੂੰ ਵਧਾਇਆ ਨਹੀਂ, ਤੋੜਾ ਦਿੱਤਾ ਹੈ, ਉਹਨੂੰ ਵਾਧਾ ਨਹੀਂ ਕੀਤਾ, ਕਹਿੰਦੇ ਵੱਢ ਸੁੱਟਣ ਨੂੰ ਕਹਿੰਦੇ। ਔਰ ਇਹ ਸਮਾਂ ਜਿਹੜਾ ਗ੍ਰੇਸ ਦਾ ਸਮਾਂ ਸਾਨੂੰ ਮਿਲਿਆ ਆ, ਇਸੇ ਲਈ ਮਿਲਿਆ ਕਿ ਜਦ ਪਿਤਾ ਪਰਮੇਸ਼ਵਰ ਫਿਰ ਤੋਂ ਫਲ ਲੈਣ ਦੇ ਲਈ ਆਉਣ ਇਨਸਾਨ ਦੇ ਕੋਲ, ਤੇ ਯਿਸੂ ਮਸੀਹ ਗੋਡੀ ਕਰਦਾ ਹੈ ਸਾਡੀਆਂ 'ਚ, ਖਾਦ ਪਾ ਰਿਹਾ ਹੈ, ਤਾਂ ਜੋ ਸਾਡੇ ਅੰਦਰ ਉਹ ਫਲ ਨਜ਼ਰ ਆਉਣ। ਤੇ ਮੈਂ ਵਿਸ਼ਵਾਸ ਕਰਦਾ ਅੱਜ ਦਾ ਵਚਨ ਪ੍ਰਭਾਵਸ਼ਾਲੀ ਤੁਹਾਡੀ ਜ਼ਿੰਦਗੀਆਂ 'ਚ ਬਹੁਤ ਅੱਛੀ ਰੀਤੀ ਨਾਲ ਕੰਮ ਕਰੇ, ਔਰ ਤੁਸੀਂ ਆਸ਼ੀਸ਼ਿਤ ਹੋ, ਤੁਸੀਂ ਸੁਰੱਖਿਅਤ ਹੋ, ਤੁਸੀਂ ਪਿਤਾ ਪਰਮੇਸ਼ਵਰ ਖੁਦਾਵੰਦ ਯਿਸੂ ਮਸੀਹ ਦੇ ਲਹੂ 'ਚ ਕਵਰ ਕੀਤੇ ਹੋਏ ਲੋਕ ਆ, ਲਹੂ ਦੇ ਨਾਲ ਖਰੀਦੇ ਹੋਏ ਲੋਕ ਆ। ਔਰ ਬਾਈਬਲ ਦੇ ਵਿੱਚ ਜ਼ਿਕਰ ਆਉਂਦਾ ਆ, ਮੈਂ ਦੱਸਣਾ ਚਾਹੁੰਦਾ, ਜਦੋਂ ਪੁਰਾਣੇ ਨਿਯਮ ਦੇ ਵਿੱਚ ਇੱਕ ਮੌਤ ਦਾ ਦੂਤ ਜਦੋਂ ਧਰਤੀ ਦੇ ਉੱਪਰ ਉਹਦੇ ਲੰਘਣਾ ਸੀਗਾ ਪਲੋਠਿਆਂ ਨੂੰ ਮਾਰਨ ਦੇ ਲਈ ਮਿਸਰ ਦੇ ਵਿੱਚ ਉਹਦੇ, ਔਰ ਕਹਿੰਦੇ ਇੱਕ ਮੇਮਨੇ ਦਾ ਲਹੂ ਦੀਵਾਰ ਦੇ ਉੱਪਰ ਲਗਾ ਦੇਣਾ ਚੌਗਾਠ ਦੇ ਉੱਪਰ, ਔਰ ਮੌਤ ਦੇ ਦੂਤ ਨੂੰ ਪਿਤਾ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ ਕਿ ਜਿੱਥੇ ਲਹੂ ਲੱਗਾ ਹੋਏਗਾ ਮੇਮਨੇ ਦਾ, ਉਸ ਘਰ 'ਚ ਐਂਟਰੀ ਨਹੀਂ ਕਰਨੀ, ਔਰ ਬਾਕੀ ਸਾਰਿਆਂ ਦੇ ਪਲੋਠੇ ਮਾਰ ਸਕਦੇ ਹਨ। ਔਰ ਉਹ ਵਿਸ਼ਵਾਸੀ ਲੋਕਾਂ ਦਾ ਸੀਗਾ, ਵਿਸ਼ਵਾਸੀ ਲੋਕਾਂ ਦੀ ਨਹੀਂ, ਜਿਹੜੇ ਵਿਸ਼ਵਾਸ ਦੇ ਨਾਲ ਖੁਦਾ ਦੇ ਡਰ ਪਿਆਰ ਦੇ ਵਿੱਚ ਆ, ਉਹਨਾਂ ਦੇ ਚੌਗਾਠਾਂ ਦੇ ਉੱਪਰ ਲਹੂ ਲਗਾਇਆ ਗਿਆ ਸੀਗਾ ਮੇਮਨੇ ਦਾ। ਅੱਜ ਯਿਸੂ ਮਸੀਹ ਦਾ ਲਹੂ ਇੱਥੇ ਲਵਾਉਣਾ ਹੈ, ਇਸ ਚੌਗਾਠ ਦੇ ਉੱਪਰ, ਅੰਦਰ ਘਰ ਆ, ਪਿਤਾ ਪਰਮੇਸ਼ਵਰ ਦਾ ਮੰਦਰ ਆ, ਔਰ ਇਸ ਜਗਾਟ ਦੇ ਉੱਪਰ ਯਿਸੂ ਮਸੀਹ ਦਾ ਲਹੂ ਲਗਾਉਣਾ ਆ, ਕਿ ਜਿਹੜਾ ਮੌਤ ਦਾ ਦੂਤ, ਜਿਹੜਾ ਕਰੋਨਾ ਵਾਇਰਸ ਆ, ਇਹਦਾ ਟ੍ਰੀਟਮੈਂਟ ਹੀ ਨਹੀਂ ਆ, ਇਹਦਾ ਐਂਟੀਡੋਜ਼ ਹੀ ਨਹੀਂ ਬਣ ਰਿਹਾ ਆ, ਔਰ ਇੱਥੇ ਜਦੋਂ ਲਹੂ ਲੱਗਾ ਹੋਏਗਾ ਯਿਸੂ ਮਸੀਹ ਦਾ ਇਸ ਜਗਾਟ ਦੇ ਉੱਪਰ,
ਤੇ ਇੱਥੇ ਲੰਘ ਜਾਏਗਾ ਕਰੋਨਾ ਵਾਇਰਸ, ਤੁਹਾਨੂੰ ਛੂ ਵੀ ਨਹੀਂ ਪਾਏਗਾ, ਤੁਸੀਂ ਆਮੀਨ ਬੋਲ ਕੇ ਗ੍ਰਹਿਣ ਕਰ ਸਕਦੇ ਹੋ। ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਪ੍ਰਭੂ ਨੇ ਚਾਹਿਆ ਫਿਰ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਵਚਨ ਸਾਂਝਾ ਕਰਾਂਗੇ ਖੁਦਾਵੰਦ ਦੀ ਮਰਜ਼ੀ ਦੇ ਨਾਲ, ਔਰ ਪਰਮੇਸ਼ੁਰ ਤੁਹਾਨੂੰ ਬਹੁਤ ਆਸ਼ੀਸ਼ ਦੇਵੇ। ਤਦ ਤੱਕ ਆਪਣਾ ਖਿਆਲ ਰੱਖੋ, ਆਪਣੇ ਆਪ ਨੂੰ ਪ੍ਰੋਟੈਕਸ਼ਨ ਦੇ ਵਿੱਚ ਰੱਖੋ, ਸੰਭਾਲ ਕੇ ਰੱਖੋ, ਵਚਨ 'ਚ ਬਣੇ ਰਹੋ ਔਰ ਪਰਮੇਸ਼ੁਰ ਦੇ ਡਰ ਤੇ ਪਿਆਰ ਦੇ ਵਿੱਚ ਬਣੇ ਰਹੋ। ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ ਔਰ ਬਰਕਤ ਦੇਵੇ। ਖੁਦਾਵੰਦ ਯਿਸੂ ਮਸੀਹ ਨਾਸਰੀ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲੇ। ਆਮੀਨ।